ਬਣਦੇ ਕਦੇ ਇਤਿਹਾਸ ਨੀ ਇਸ ਗੱਲੇ ਕਿ ਅਜੀ ਰਾਜਿਆਂ ਦੇ ਬਹੁਤੇ ਪੂਰ ਜੰਮੇ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ ਕਦਰ ਜ਼ਿੰਦਗੀ ਦੀ ਉਹ ਪਾ ਸਕਦਾ ਜਿਹੜੀ ਕੌਮ ਨੂੰ ਮਰਨ ਦਾ ਝੱਲ ਪੈ ਜੇ ਪੈਣਾ ਅੰਤ ਨੂੰ ਮੁੱਲ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਜੇ ਭਾਵੇਂ ਕੱਲ ਪੈ ਜੇ ਭਾਵੇਂ ਅੱਜ ਪੈ ਜੇ ਭਾਵੇਂ ਕੱਲ ਪੈ ਜੇ ਚਮਕਿਆ ਚੰਦ ਜੋ 84 ਦੌਰ ਦਾ ਹੀਰਾ ਪੁੱਤ ਮਾਤਾ ਹਰਬੰਸ ਕੌਰ ਦਾ ਸੀਮਾ ਖੁੱਡੀ ਪਿੰਡ ਸੂਰਮੇ ਜਵਾਨ ਦਾ ਸ਼ੇਰ ਨਾਲੋਂ ਵੱਡਾ ਦਿਲ ਸੀ ਤੂਫਾਨ ਦਾ ਚਮਕਿਆ ਚੰਦ ਜੋ 84 ਦੌਰ ਦਾ ਹੀਰਾ ਪੁੱਤ ਮਾਤਾ ਹਰਬੰਸ ਕੌਰ ਦਾ ਸੀਮਾ ਖੁੱਡੀ ਪਿੰਡ ਸੂਰਮੇ ਜਵਾਨ ਦਾ ਸ਼ੇਰ ਨਾਲੋਂ ਵੱਡਾ ਦਿਲ ਸੀ ਤੂਫਾਨ ਦਾ ਉਹ ਦੁਨੀਆ ਤੋਂ ਵੱਖ ਉਸ ਦਾ ਜਵਾਨ ਸੀ ਮਹਿੰਦਰ ਸਿੰਘ ਪਿਤਾ ਪੂਰਾ ਕਰੇ ਮਾਣ ਸੀ ਜ਼ੁਲਮਾਂ ਦੇ ਮੂਹਰੇ ਹੋ ਕੇ ਇੱਕ ਤਾਣ ਦਾ ਸ਼ੇਰ ਨਾਲੋਂ ਵੱਡਾ ਦਿਲ ਸੀ ਤੂਫਾਨ ਦਾ ਵੈਰੀਆਂ ਦੇ ਹੱਥੋਂ ਜਾ ਤਖਤ ਢਹਿ ਗਿਆ ਸਿੰਘਾਂ ਦਾ ਜਿਉਣਾ ਜੱਗ ਤੇ ਕੀ ਰਹਿ ਗਿਆ ਬਣ ਗਿਆ ਪਾਂਦੀ ਜੰਗ ਦੇ ਮੈਦਾਨ ਦਾ ਸ਼ੇਰ ਨਾਲੋਂ ਵੱਡਾ ਦਿਲ ਸੀ ਤੂਫਾਨ ਦਾ ਰੱਖ ਦਿੱਤੇ ਵੈਰੀਆਂ ਦੇ ਮੂੰਹ ਮੋੜ ਕੇ ਹੋ ਗਿਆ ਫਰਾਰ ਜਦੋਂ ਜੇਲ ਤੋੜ ਕੇ ਫੋਰਸਾਂ ਦਾ ਝੁੰਡ ਫਿਰੇ 18 ਸ਼ਾਨ ਦਾ ਫੋਰਸਾਂ ਦਾ ਝੁੰਡ ਫਿਰੇ 18 ਸ਼ਾਨ ਦਾ ਸ਼ੇਰ ਨਾਲੋਂ ਵੱਡਾ ਦਿਲ ਸੀ ਤੂਫਾਨ ਦਾ ਘਰ ਛੱਡ ਯੋਧਾ ਕਰਦਾ ਤਿਆਰੀਆਂ ਬ੍ਰਹਮੇ ਨਾਲ ਪੈ ਗਈਆਂ ਸੀ ਗੂੜੀਆਂ ਹਰੀਆਂ ਸ਼ੇਰ ਨਾਲੋਂ ਵੱਡਾ ਦਿਲ ਸੀ ਤੂਫਾਨ ਦਾ ਉਹ ਯਾਰਾਂ ਨਾਲ ਯਾਰ ਇੱਕ ਤਾਣ ਖੜੇ ਸੀ ਪਿੱਪਲ ਤੇ ਬੋੜ ਉਹ ਬਲੀ ਬੜੇ ਸੀ ਪਹਿਲਿਆਂ ਚ ਸ਼ੇਰ ਜਿਵੇਂ ਮੌਜਾਂ ਮਾਣਦਾ ਸ਼ੇਰ ਨਾਲੋਂ ਵੱਡਾ ਦਿਲ ਸੀ ਤੂਫਾਨ ਦਾ ਸੀ ਨਾਮ ਨੂੰ ਨਰਕਾਂ ਨੂੰ ਤੋੜਿਆ ਗੋਬਿੰਦ ਰਾਮ ਨੂੰ ਤੋੜ
ਹਿੰਦੂਆਂ ਦੇ ਘਰ ਉਜੜੇ ਵਸਾਏ ਸੀ। ਹੋਣੀ ਹੈ ਸਮਾਜ ਕਾਰਜ ਮਹਾਨ ਦਾ, ਰਿਣੀ ਹੈ ਸਮਾਜ ਕਾਰਜ ਮਹਾਨ ਦਾ, ਸ਼ੇਰ ਨਾਲੋਂ ਵੱਡਾ ਦਿਲ ਸੀ ਤੂਫਾਨ ਦਾ। ਵੈਰੀਆਂ ਦੀ ਭਾਜੀ ਰਿਹਾ ਯੋਧਾ ਮੋੜ ਦਾ, ਵੈਰੀਆਂ ਦੀ ਭਾਜੀ ਰਿਹਾ ਯੋਧਾ ਮੋੜ ਦਾ, ਲੜਕੇ ਮੈਦਾਨੇ ਰਿਹਾ ਘੇਰੇ ਤੋੜਦਾ। ਸੂਰਮਾ ਕੋਈ ਸਾਰ ਕੌਮੀ ਦਿਲੋਂ ਜਾਣਦਾ, ਸ਼ੇਰ ਨਾਲੋਂ ਵੱਡਾ ਦਿਲ ਸੀ ਤੂਫਾਨ ਦਾ। ਕੀਤ ਸਰਪੰਚਾ ਸੱਚ ਨੂੰ ਸੁਣਾਈ ਜਾ, ਯੋਧਿਆਂ ਦੇ ਸ਼ੰਦ ਲਿਖ ਲਿਖ ਗਾਈ ਜਾ। ਜਗਰਾਜ ਸਿੰਘ ਯੋਧਾ ਕੌਮਾ ਹੀਰਾ ਖਾਨ ਦਾ, ਸ਼ੇਰ ਨਾਲੋਂ ਵੱਡਾ ਦਿਲ ਸੀ ਤੂਫਾਨ ਦਾ। ਸਹਿਬੇ ਅਦਬ ਹਜ਼ੂਰੇ ਅਨਵਰ ਵਾਲੀਏ ਕੁਲ ਆਲਮ ਸਰਵਰੇ ਕਾਇਨਾਤ, ਤਖਤ ਚਵਰ ਛਤਰ ਦੇ ਮਾਲਕ ਜੁਗੋ ਜੁਗ ਅਟਲ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਵਿੱਚ ਸ਼ਹੀਦੀ ਸਮਾਗਮ ਵਿੱਚ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀਓ, ਦਾਸਾਂ ਦੀ ਹਾਜ਼ਰੀ ਪ੍ਰਵਾਨ ਕਰਦੇ ਹੋਏ ਗੁਰੂ ਸਾਹਿਬਾਂ ਨੂੰ ਸੀ ਚੁਕਾ ਕੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਓ, ਜੋ ਸਿੱਖੀ ਦਾ ਸੱਚਾ ਤੇ ਸੁੱਚਾ ਸਿਧਾਂਤ ਹੈ। ਸਰਬੱਤ ਸੰਗਤਾਂ ਰਸਨਾ ਪਵਿੱਤਰ ਕਰੋ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਨ ਯੋਧੇ, ਮਹਾਨ ਜਰਨੈਲ, ਸੂਰਬੀਰ ਬਹਾਦਰ, ਮਹਾਨ ਸ਼ਹੀਦ ਦੀ ਯਾਦ ਵਿੱਚ ਜੁੜ ਬੈਠੇ, ਜਿਨ੍ਹਾਂ ਨੇ ਆਪਾਂ ਕੌਮ ਬਦਲੇ ਪ੍ਰਵਾਨ ਕਰ ਲਿਆ ਕਿ ਇਸ ਜ਼ੁਲਮ ਨੂੰ ਜਿੰਨਾ ਚਿਰ ਖਤਮ ਨਾ ਕਰ ਲਿਆ ਉਹਨਾਂ ਚਿਰ ਘਰ ਨਹੀਂ ਬੈਠਣਾ। ਇਸ ਕਾਫਲੇ ਦਾ ਉਹ ਮੋਹਰੀ ਬਣਿਆ ਜਿਨ੍ਹਾਂ ਨੇ ਘਰ ਛੱਡੇ ਸੀ ਤੇ ਜ਼ੁਲਮ ਦੇ ਖਿਲਾਫ ਇਹ ਸ਼ਸਤਰ ਉਠਾਏ ਸਨ। ਛੋਟੀ ਉਮਰ ਵਿੱਚ ਬਾਬਾ ਜਗਰਾਜ ਸਿੰਘ ਤੂਫਾਨ ਬਾਬਾ ਜੀ ਦਾ ਖਿਤਾਬ ਉਹਨਾਂ ਨੂੰ ਮਿਲਿਆ। ਵੱਡੇ ਵੱਡੇ ਮਾਰ ਕੇ ਮਾਰੇ ਜਿਹੜੇ ਜ਼ੁਲਮ ਕਰਦੇ ਸੀ, ਚੌਂਕੀਆਂ ਫੂਕੀਆਂ। ਗੋਬਿੰਦ ਰਾਮ ਕਹਿੰਦਾ ਸੀ ਉਹ ਸਿੱਖੋ ਗੋਬਿੰਦ ਸਿੰਘ ਨੂੰ ਭੁੱਲ ਜਾਓਗੇ ਤੇ ਸਮਾਂ ਆਉਣ ਤੇ ਮੈਨੂੰ ਯਾਦ ਕਰਿਆ ਕਰੋਗੇ। ਗੋਬਿੰਦ ਰਾਮ ਹੋਇਆ ਕੋਈ, ਉਸ ਦੁਸ਼ਟ ਨੂੰ ਸੋਧਿਆ ਜਲੰਧਰ, ਉਹਦੇ ਪੁੱਤਰ ਨੂੰ ਸੋਧਿਆ, ਬੜੇ ਬੜੇ ਵੱਡੇ ਕਾਰਨਾਮੇ ਕੀਤੇ ਤੇ ਇਸ ਸੰਘਰਸ਼ ਦੇ ਉਹ ਡਿਪਟੀ ਬਣੇ, ਖਾਲਿਸਤਾਨ ਕਮਾਂਡੋ ਫੋਰਸ ਦੇ ਚੀਫ ਬਣੇ। ਵੱਡੀਆਂ ਜ਼ਿੰਮੇਵਾਰੀਆਂ ਛੋਟੀ ਉਮਰ ਵਿੱਚ ਉਹਨਾਂ ਦੇ ਮੋਢਿਆਂ ਤੇ ਬਾਖੂਬੀ ਨਿਭਾਈਆਂ। ਜਵਾਨ ਇੰਨਾ ਠੰਡਾ, ਜਿਹੜੇ ਹਿੰਦੂ ਘਰ ਛੱਡ ਕੇ ਗਏ ਸਨ ਉਹਨਾਂ ਦਾ ਪਤਾ ਪੁੱਛ ਕੇ ਮਗਰ ਜਾ ਕੇ ਫਿਰ ਵਾਪਸ ਲੈ ਕੇ ਆਇਆ ਕਿ ਜਿੰਨਾ ਚਿਰ ਅਸੀਂ ਜਿਉਂਦੇ ਹਾਂ ਤੁਹਾਡੀ ਵਾਹ ਵੱਲ ਕੋਈ ਨਹੀਂ ਵੇਖ ਸਕਦਾ। ਉਸ ਮਹਾਨ ਜਰਨੈਲ, ਮਹਾਨ ਸ਼ਹੀਦ ਦੀ ਯਾਦ ਵਿੱਚ ਜੁੜ ਬੈਠੇ ਹਾਂ। ਉਹਨਾਂ ਦਾ ਪਰਿਵਾਰ, ਜਿਹੜੇ ਆਪ ਮਹਾਨ ਹੁੰਦੇ ਨੇ ਉਹਨਾਂ ਦੇ ਪਰਿਵਾਰ
ਅਣਸ ਬਣਸ ਵੀ ਮਹਾਨ ਹੁੰਦੀ ਆ ਜਿਹੜੇ ਉਹਨਾਂ ਦੇ ਪੂਰਨਿਆਂ ਤੇ ਚੱਲਦੇ। ਸਤਿਕਾਰਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਸਾਹਿਬ, ਭੈਣ ਬੇਟੀ ਸਿਮਰਨ ਕੌਰ ਔਰ ਸਮੂਹ ਪਰਿਵਾਰ, ਸਤਿਕਾਰਯੋਗ ਬਾਬਾ ਜਗਰਾਜ ਸਿੰਘ ਜੀ ਦੀਆਂ ਭੈਣਾਂ ਤੇ ਮਾਤਾ ਪਿਤਾ ਕਿੰਨੇ ਮਹਾਨ ਜਿਨ੍ਹਾਂ ਨੇ ਐਸੇ ਹੀਰੇ ਪੁੱਤਰ ਨੂੰ ਜਨਮ ਦਿੱਤਾ। ਆਪਾਂ ਕੁਰਬਾਨ ਕਰਨਾ ਕੋਈ ਸੌਖੀ ਗੱਲ ਨਹੀਂ, ਘਰ ਦੇ ਬਦਲੇ ਹਰ ਕੋਈ ਮਰਦਾ, ਹਰ ਕੋਈ ਖਿਆਲ ਨਹੀਂ ਛੱਡਦਾ ਘਰ ਦਾ, ਵਿਰਲਾ ਮੌਤ ਦੇ ਫਾਰਮ ਭਰਦਾ, ਹਰ ਕੋਈ ਨਾ ਭਰ ਸਕਦਾ ਏ। ਸਭ ਤੋਂ ਕਠਿਨ ਕੌਮ ਦੀ ਸੇਵਾ ਹਰ ਕੋਈ ਨਾ ਕਰ ਸਕਦਾ ਏ। ਲੋਕਾਂ ਦੀ ਖਾਤਰ ਲੋਕਾਂ ਨੂੰ ਸੁੱਖ ਦਿਵਾਉਣ ਵਾਸਤੇ ਬਾਬਾ ਜਗਰਾਜ ਸਿੰਘ ਸਾਹਿਬ ਨੇ ਸ਼ਹੀਦੀ ਪ੍ਰਾਪਤ ਕੀਤੀ ਆ। ਨੇਕ ਲੋਕ ਨੇਕ ਅਵਸਰ, ਜਿੱਥੇ ਬਾਬਾ ਜਗਰਾਜ ਸਿੰਘ ਹੁੰਦਾ ਸੀ ਪਤਾ ਲੱਗਦਾ ਸੀ ਤੇ ਲਾਂਭੇ ਹੋ ਜਾਂਦੇ ਸੀ, ਪਰ ਦੁਸ਼ਟ ਵੀ ਥਰ ਥਰ ਕੰਬਦੇ ਸੀ ਉਸ ਸੂਰਮੇ ਤੋਂ। ਉਹਨਾਂ ਦੀ ਯਾਦ ਬੜੀ ਚੜ੍ਹਦੀ ਕਲਾ ਦੇ ਨਾਲ ਹਰ ਸਾਲ ਇਹ ਵੱਧਦੀ ਜਾਂਦੀ ਆ, ਬੜੇ ਉੱਚੇ ਪੱਧਰ ਤੇ ਮਨਾਈ ਜਾਂਦੀ ਤੇ ਹੋਣਾ ਵੀ ਏਦਾਂ ਹੀ ਚਾਹੀਦਾ। ਸ਼ਹੀਦ ਕਿਸੇ ਇੱਕ ਪਰਿਵਾਰ ਦਾ ਨਹੀਂ ਹੁੰਦਾ, ਕਿਸੇ ਇੱਕ ਪਿੰਡ ਦਾ ਨਹੀਂ ਹੁੰਦਾ, ਸ਼ਹੀਦ ਸਮੁੱਚੀ ਕੌਮ ਦਾ ਮਾਣ ਹੁੰਦਾ ਹੈ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਚਮਕੌਰ ਸਾਹਿਬ ਕੱਚੀ ਹਵੇਲੀ ਵਿੱਚ ਬੈਠੇ ਸਨ, ਬਾਬਾ ਜੁਝਾਰ ਸਿੰਘ ਜੀ ਆਏ, ਹੱਥ ਜੋੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਨੂੰ ਵੀ ਆਗਿਆ ਦਿਓ, ਵੀਰ ਸ਼ਹੀਦੀ ਪਾ ਗਿਆ ਹੈ, ਮੈਂ ਵੀ ਰਣ ਵਿੱਚ ਵੈਰੀ ਨਾਲ ਜੂਝ ਕੇ ਸ਼ਹੀਦੀ ਪ੍ਰਾਪਤ ਕਰਾਂ, ਮੇਰਾ ਵੀਰ ਦੂਰ ਨਾ ਚਲਾ ਜਾਵੇ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਆਖਿਆ ਬੱਲੇ ਉਹ ਜੁਝਾਰ ਸਿੰਘਾ, ਤੂੰ ਉਹ ਕੁਝ ਕੌਮ ਨੂੰ ਦੇ ਚੱਲਿਆ, ਕਦੇ ਵੀ ਕੌਮ ਤੇ ਭੀੜ ਬਣੇਗੀ, ਕੌਮ ਨੂੰ ਜੁਝਾਰੂਆਂ ਦੀ ਲੋੜ ਪਵੇਗੀ ਤੇ ਆਵਾਜ਼ਾਂ ਨਹੀਂ ਮਾਰਨੀਆਂ ਪੈਣਗੀਆਂ, ਤੇਰੇ ਭਰਾ ਤੇਰੇ ਵਰਗੇ ਸੂਰਮੇ ਉਹ ਆਪਣੇ ਆਪ ਮੈਦਾਨ ਵਿੱਚ ਛਾਲਾਂ ਮਾਰ ਕੇ ਆਉਣਗੇ। ਕੌਮ ਦੀ ਖਾਤਰੀ ਆਪਾਂ ਕੁਰਬਾਨ ਕਰਨ ਵਾਸਤੇ ਆਪਣੇ ਆਪ ਨੂੰ ਪੇਸ਼ ਕਰਿਆ ਕਰਨਗੇ। ਉਹਨਾਂ ਪੂਰਨਿਆਂ ਤੇ ਚੱਲਦਿਆਂ ਬਾਬਾ ਜਗਰਾਜ ਸਿੰਘ ਸਾਹਿਬ ਹੋਰਾਂ ਨੇ ਸ਼ਹੀਦੀ ਪਾਈ ਆ। ਜਿੱਦਣ ਦੁਸਹਿਰਾ ਸੀ ਜਵਾਨ ਦਾ, ਜਰਨੈਲ ਦਾ, ਬ੍ਰਹਮ ਗਿਆਨੀ ਬਾਬਾ ਬਿਸ਼ਨ ਸਿੰਘ ਸਾਹਿਬ ਚਾਨਣੀ ਲਾ ਕੇ ਧੁੱਪੇ ਹੀ ਸਾਰਾ ਦਿਨ ਇੱਥੇ ਮੌਜੂਦ ਰਹੇ ਸਨ, ਸਾਰਾ ਦਿਨ ਇੱਥੇ ਹੀ ਬਸ ਨਹੀਂ। UNO 'ਚ ਗੱਲਾਂ ਹੋਈਆਂ, ਜਿਨ੍ਹਾਂ ਨੂੰ ਤੁਸੀਂ ਅੱਤਵਾਦੀ ਕਹਿੰਦੇ ਹੋ, ਉਹ ਉਸ ਜਵਾਨ ਦੇ ਭੋਗ ਤੇ 6 ਲੱਖ ਦਾ ਇਕੱਠ ਹੋ ਜਾਵੇ, 6 ਲੱਖ ਲੋਕ ਉਹਨਾਂ ਨੂੰ ਮੱਥਾ ਟੇਕਣ ਆਏ ਹੋਣ, ਉਹ ਅੱਤਵਾਦੀ ਆ ਕਿ ਸੱਤਵਾਦੀ ਆ? ਇਸ ਜਰਨੈਲ ਬਾਬਾ ਜਗਰਾਜ ਸਿੰਘ ਤੂਫਾਨ ਦੀਆਂ ਗੱਲਾਂ UNO ਵਿੱਚ ਹੋਈਆਂ ਸਨ। ਇਹ ਹਰਭਜਨ ਲਾਖੇ ਨੇ ਸਵਾਲ ਉੱਥੇ ਕੀਤਾ ਸੀ। ਆਓ ਉਹਨਾਂ ਦੇ ਵਿਸ਼ੇਸ਼ ਇਸ ਪ੍ਰੋਗਰਾਮ ਵਿੱਚ ਜਿਹੜੇ ਹਿੱਸਾ ਪਾਉਂਦੇ ਨੇ ਹਰ ਸਾਲ ਸਟੇਜ ਤੇ, ਸਭਾਏ ਮਾਨ ਨੇ ਅਮੈਰੀਕਾ ਵਿੱਚ ਨੇ, ਉਹਨਾਂ ਦੀ ਵੀ ਗੱਲ ਕਰਾਂਗੇ। ਕੁਝ ਕੁ ਗੁਰੂ ਕੇ ਇਤਿਹਾਸ ਵਿੱਚੋਂ ਜਿਨ੍ਹਾਂ ਦੀ ਬਾਬ ਦੇ ਆਪਾਂ ਪੜ੍ਹਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਤੇ ਬੰਦ ਬੰਦ ਕਟਵਾਏ, ਚਰਖੜੀਆਂ ਤੇ ਚੜੇ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ, ਉਹ ਸੂਰਮਿਆਂ ਨੇ ਇਤਿਹਾਸ ਸਿਰਜਿਆ ਸੀ ਤੇ ਉਹਨੂੰ ਨਵਾਂ ਕਰਕੇ ਵਿਖਾਲਿਆ।
ਬਾਬਾ ਜਗਰਾਜ ਸਿੰਘ ਸਾਹਿਬ ਉਹਨਾਂ ਦੇ ਸਾਥੀਆਂ ਨੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦਾ ਸੂਰਮਾ ਭਾਈ ਤਾਰੂ ਸਿੰਘ ਇਹਨੂੰ ਪੇਸ਼ ਕੀਤਾ ਹੈ ਖਾਨ ਬਹਾਦਰ ਜਗਰੀਆ ਖਾਨ ਦੀ ਕਚਹਿਰੀ ਵਿੱਚ। ਭਰੀ ਹੋਈ ਕਚਹਿਰੀ ਹੈ, ਹੱਥਾਂ ਨੂੰ ਹੱਥਕੜੀਆਂ ਲੱਗੀਆਂ ਹੈ, ਪੈਰਾਂ ਵਿੱਚ ਬੇੜੀਆਂ ਪਈਆਂ ਹੋਈਆਂ ਹੈ। ਸਰਦਾਰ ਤਾਰੂ ਸਿੰਘ ਨੇ ਭਰੀ ਕਚਹਿਰੀ ਵਿੱਚ ਗੱਜ ਕੇ ਫਤਿਹ ਬੁਲਾਈ ਹੈ, ਜਾਏ ਕੇ ਸਿਪਾਹੀਆਂ ਪੇਸ਼ ਕੀਤਾ ਤਾਰੂ ਸਿੰਘ ਤਾਈ ਵਾਹਿਗੁਰੂ ਦੀ ਫਤਿਹ। ਸਿੰਘ ਗੱਜ ਕੇ ਬੁਲਾਈ ਹੈ, ਸਿੰਘ ਮੂੰਹੋਂ ਫਤਿਹ ਸੁਣ ਅੱਗ ਲੱਗੀ ਸਾਰਿਆਂ ਨੂੰ, ਗੁੱਸੇ ਨਾਲ ਸੂਬੇ ਤਿਊੜੀ ਮੱਥੇ ਉੱਤੇ ਪਾਈ ਹੈ, ਆਖਦਾ ਦੀਵਾਨ ਕੋਲੋਂ ਹੋਸ਼ ਕਰ ਖਾਲਸਾ ਓਏ, ਵਾਜਾਂ ਮਾਰੇ ਮੌਤ ਨੂੰ ਇਹ ਤੇਰੀ ਕੀ ਦਿਨਾਈ ਹੈ। ਇਹ ਹੈ ਦਰਬਾਰ ਖਾਨ ਸਾਹਿਬ ਦਾ ਜਹਾਨ ਜਾਣੇ, ਆਕੜ ਚ ਆ ਕੇ ਕਿਉਂ ਸਲਾਮ ਨਹੀਂ ਬੁਲਾਈ ਹੈ। ਲੱਖ ਪੱਤ ਦੀਵਾਨ ਤੜਫ ਉੱਠਿਆ, ਕਹਿੰਦਾ ਤਾਰੂ ਸਿੰਘਾ ਇਹ ਆਨੰਦਪੁਰ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ, ਇਹ ਹਰਿਮੰਦਰ ਨਹੀਂ ਅੰਮ੍ਰਿਤਸਰ ਦਾ, ਇਹ ਸੂਬਾ ਖਾਨ ਬਹਾਦਰ ਜਗਰੀਆ ਖਾਨ ਦੀ ਕਚਹਿਰੀ ਹੈ, ਇੱਥੇ ਝੁੱਕੇ ਸਲਾਮ ਬੁਲਾਈ ਜਾਂਦੀ ਹੈ। ਜ਼ਿੰਦਗੀ ਚਾਹੁੰਦਾ ਹੈ ਝੁੱਕ ਕੇ ਸਲਾਮ ਬੁਲਾ, ਦੋਵੇਂ ਹੱਥ ਜੋੜ ਕੇ ਫਤਿਹ ਬੁਲਾਉਣ ਦੀ ਗੁਸਤਾਖੀ ਦੀ ਮੁਆਫੀ ਮੰਗ, ਜਾਨ ਬਚ ਜਾਵੇਗੀ। ਸਰਦਾਰ ਤਾਰੂ ਸਿੰਘ ਜਕੜਿਆ ਹੋਇਆ ਜੰਜੀਰਾਂ ਵਿੱਚ, ਉਹਨੇ ਆਖਿਆ ਲੱਖ ਪੱਤ ਫਤਿਹ ਬੁਲਾਉਣੀ ਜਾਣਦੇ ਆ, ਤੇ ਫਤਿਹ ਬੁਲਾ ਦਿੱਤੀ ਆ। ਮੌਤ ਤੋਂ ਕੈਰ ਡਰਿਆ ਕਰਦੇ ਆ, ਮਰਦ ਤੇ ਮੌਤ ਦਾ ਰਾਹ ਤੱਕਿਆ ਕਰਦੇ ਆ, ਮਰਦਾਂ ਨੂੰ ਮੌਤ ਕਦੇ ਮਾਰਦੀ ਨਹੀਂ, ਉਹ ਤੇ ਜੀਵਨ ਬਖਸ਼ਦੀ ਆ। ਆਓ ਤੱਕੀਏ ਖਾਨ ਬਹਾਦਰ ਜਗਰੀਆ ਖਾਨ ਕ੍ਰੋਧ ਵਿੱਚ ਭਰ ਉੱਠਿਆ ਹੈ। ਇਹ ਅੱਗੇ ਵਧਿਆ, ਇਹਨੇ ਅਜੇ ਬੋਲਣਾ ਸੀ, ਸਰਦਾਰ ਤਾਰੂ ਸਿੰਘ ਨੇ ਸਿੰਘ ਨਜ਼ਰ ਨਾਲ ਇਹਦੇ ਵੱਲ ਤੱਕ ਕੇ ਆਖਿਆ ਜਗਰੀਆ ਖਾਨ ਉਹ ਮੈਨੂੰ ਕਿਹੜੇ ਦੋਸ਼ ਵਿੱਚ ਇੱਥੇ ਮੰਗਵਾਇਆ ਈ, ਤੱਕੀਏ ਯਾਰਾ। ਜਗਰੀਆ ਖਾਨ ਕੀ ਕਹਿੰਦਾ ਹੈ, ਸਿੰਘ ਸਾਹਿਬ ਭਾਈ ਤਾਰੂ ਸਿੰਘ ਨੂੰ ਐਵੇਂ ਬੇਨਤੀ ਕੀਤੀ ਜਾ ਰਹੀ ਹੈ ਜੀ, ਸੁਣੀ। ਫਤਿਹ ਸੁਣੀ ਜਾ ਸਿੰਘ ਤੋਂ ਸੜਕੇ ਕੋਲੇ ਹੋ ਗਿਆ ਖਾਨ, ਕਹਿੰਦਾ ਜ਼ਿੰਦਗੀ ਨਹੀਂ ਏ ਲੋੜਦਾ, ਜ਼ਿੰਦਗੀ ਨਹੀਂ ਏ ਲੋੜਦਾ, ਪਾੜ ਭੰਗ ਗਵਾ ਲੋ ਜਾਨ, ਇਹਨੇ ਹੱਥ ਨਹੀਂ ਵੇਖੇ ਅਸਾਂ ਦੇ, ਇਹਨੇ ਹੱਥ ਨਹੀਂ ਵੇਖੇ ਅਸਾਂ ਦੇ, ਚੋਰੀ ਰਿਹਾ ਬਣਾਉਂਦਾ ਛਾਨ, ਕਹਿੰਦਾ ਰਾਜ ਕਰੇਗਾ ਖਾਲਸਾ, ਦਿਸਦਾ ਦੋ ਦਿਨ ਦਾ ਮਹਿਮਾਨ, ਪੁੱਠੀ ਕਰਕੇ ਲਾ ਦਿਓ ਖਲ ਮੈਂ, ਪੁੱਠੀ ਕਰਕੇ ਲਾ ਦੂ ਖਲ ਮੈਂ, ਕਰ ਦੂ ਬੰਗਰੇ ਵਾਂਗ ਹਲਾਲ, ਇਹਨੂੰ ਜਿਉਂਦੇ ਫਾਂਸੀ ਲਾ ਦਿਆਂ, ਇਹਨੂੰ ਜਿਉਂਦੇ ਫਾਂਸੀ ਲਾ ਦਿਆਂ, ਪੈ ਜੇ ਸਮਝ ਸਮੇਂ ਦੀ ਚਾਲ, ਇਹਨੂੰ ਅੱਖੀ ਨਰਕ ਵਿਖਾ ਦਿਆਂ, ਇਹਨੂੰ ਅੱਖੀ ਨਰਕ ਵਿਖਾ ਦਿਆਂ, ਜੇ ਝਗੜੇ ਮੇਰੇ ਡਾਕੇ ਰਿਆ ਪਵਾਉਂਦਾ ਦੱਸ ਕੇ, ਡਾਕੇ ਰਿਆ ਪਵਾਉਂਦਾ ਦੱਸ ਕੇ, ਸਾਂਭੀ ਫਿਰੇ ਚੋਰੀ ਦਾ ਮਾਲ, ਇਹ ਨੀ ਤਾਕਤ ਸਾਡੀ ਜਾਣਦਾ, ਇਹ ਨੀ ਤਾਕਤ ਸਾਡੀ ਜਾਣਦਾ, ਅਸੀਂ ਦਿਲ ਦੇ ਸਖਤ ਕਠੋਰ, ਅਸੀਂ ਫੜ ਕੇ ਵੈਰੀ ਮਾਰੀਏ, ਫੜ ਕੇ ਵੈਰੀ ਮਾਰੀਏ, ਦੇਈਏ ਰਹਿਣ ਲੁਕੇ ਨਾ ਚੋਰ, ਇੱਕੋ ਗੱਲ ਕਹੀ ਜੇ ਮੰਨ ਲੋ,
ਸਹੀ ਦੇ ਮਨ ਲੂ ਸਹਿਣੀ ਪਵੇ ਨ ਸਖਤੀ ਹੋਰ ਜੀਦੇ ਕੰਡੇ ਚੁਭਦੇ ਜੱਗ ਨੂੰ ਕੰਡੇ ਚੁਭਦੇ ਜੱਗ ਨੂੰ ਦਈਏ ਵੱਡ ਚ ਰਸਤੇ ਉਠੋਰ ਤੱਕੇ ਸਾਡੇ ਵੱਲ ਸਵਰਗ ਹੈ ਅਤੇ ਨਰਕ ਦੂਸਰੇ ਵੱਲ ਉਜੜੀ ਕਈਏ ਤੋੜ ਚੜਾ ਦੀਏ ਕਈਏ ਤੋੜ ਚੜਾ ਦੀਏ ਅਸੀਂ ਉਹ ਕਰਦੇ ਗੱਲ ਅਸੀਂ ਸੌਖਾਂ ਦੇ ਸਲਾਮ ਦੀ ਸੌਖਾਂ ਦੇ ਸਲਾਮ ਦੀ ਉਹ ਚੁੰਮਦੇ ਨੀ ਢੌਂਕਣ ਦੇ ਟੱਲ ਕਰਦੇ ਅਸੀਂ ਖੁਦਾ ਦੀ ਨੌਕਰੀ ਅਸੀਂ ਖੁਦਾ ਦੀ ਨੌਕਰੀ ਐਵੇਂ ਫੋਕੇ ਮੇਰੀ ਸੁਣ ਤਾਰੂ ਸਿਆ ਬਾਤ ਨੂੰ ਮੇਰੀ ਸੁਣ ਤਾਰੂ ਸਿਆ ਬਾਤ ਨੂੰ ਸਿੰਘਾ ਰੰਭਜ ਸਮੇਂ ਦੀ ਜਾਨ ਜਾਨ ਬਚਾ ਲੈ ਆਪਣੀ ਸਿੰਘਾ ਜਾਨ ਬਚਾ ਲੈ ਆਪਣੀ ਮਰਦੇ ਹੋ ਜੋ ਕਰਦੇ ਮਾਣ ਲੁੱਟ ਲੈ ਮੌਜ ਬਹਿਸ਼ਤੀ ਖਾਲਸਾ ਸਮਝ ਲੈ ਕਿਉਂ ਬਣਦਾ ਅਣਜਾਣ ਯਾਰੀ ਵੇਖ ਪਾਲ ਕੇ ਸ਼ਾਨਾ ਓ ਯਾਰੀ ਵੇਖ ਪਾਲ ਕੇ ਸ਼ਾਨਾ ਸਾਰੇ ਮਨ ਦੇ ਮਾਣ ਆਨੰਦ ਤੈਨੂੰ ਮੁਗਲਾਂ ਘਰੀ ਟੁਕਾ ਦਿਆਂ ਬਣ ਕੇ ਚਮਕ ਸਮਾਨੀ ਚੰਦ ਵੱਡਾ ਅਹੁਦਾ ਦੇ ਦਿਆਂ ਰਾਜ ਦਾ ਅਹੁਦਾ ਦੇ ਦਿਆਂ ਫੌਜ ਦਾ ਵੱਡਾ ਅਹੁਦਾ ਦੇ ਦਿਆਂ ਫੌਜ ਦਾ ਤੇ ਮਾਣ ਤੂੰ ਆਨੰਦ ਹੋ ਜੇ ਤੂੰ ਜੋਗੀ ਬਣ ਜਾ ਕੇਵਲਾ ਜੋਗੀ ਬਣ ਜੇ ਕੇਵਲਾ ਕੋਮਲ ਸੋਹੀ ਗਾਉਣਗੇ ਛੰਦ ਸਿੰਘਾ ਦੱਸ ਸਲਾਹ ਕੀ ਆਪਣੀ ਅਕਰੀਆ ਖਾਨ ਨੇ ਆਖਿਆ ਤਾਰੂ ਸਿੰਘਾ ਤੂੰ ਡਾਕੇ ਪਾਉਣਾ ਹੈ ਆਪਣੇ ਇਲਾਕੇ ਵਿੱਚ ਮਾਝੇ ਵਿੱਚ ਧਾੜ ਵੀ ਤੇਰੇ ਕੋਲੇ ਆ ਕੇ ਟਿਕਦੇ ਆ ਮੇਰੇ ਸੂਬੇਦਾਰ ਜ਼ਾਫਰ ਖਾਨ ਪੱਟੀ ਵਾਲੇ ਦਾ ਤੂੰ ਕਤਲ ਨਹੀਂ ਕੀਤਾ ਜੇ ਤੂੰ ਕਿਸੇ ਗੱਲੋਂ ਮੁਕਰੇ ਆ ਭਗਤ ਨਿਰੰਜਣੀਆ ਜੰਡਿਆਲੇ ਦੇ ਰਹਿਣ ਵਾਲਾ ਸੀ ਸਿੱਖਾਂ ਦਾ ਵੱਡਾ ਦੁਸ਼ਮਣ ਕੋਈ ਐਸਾ ਦਿਨ ਨਹੀਂ ਸੀ ਜਿਸ ਦਿਨ ਇਹਨੇ ਗੁਰੂ ਕੇ ਸਿੰਘਾਂ ਨੂੰ ਜੀ ਹਾਰੂਆਂ ਨੂੰ ਨਾ ਫੜਾ ਕੇ ਉਹਨਾਂ ਦੇ ਖੂਨ ਨਾਲ ਆਪਣੇ ਹੱਥ ਨਾ ਰੰਗੇ ਇਹ ਬਾਬਾ ਹਦਾਲ ਦੀ ਸੰਤਾਨ ਵਿੱਚੋਂ ਬਾਬਾ ਹਦਾਲ ਉਹ ਸੀ ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਸੇਵਾ ਵਿੱਚ ਬੜਾ ਵੱਡਾ ਸਿੱਖ ਬੜੀ ਸੇਵਾ ਤੇ ਸਿਮਰਨ ਕਰਨ ਵਾਲਾ ਸੀ ਇਹ ਉਹਦੀ ਸੰਤਾਨ ਵਿੱਚੋਂ ਚੌਥੀ ਪੰਜਵੀਂ ਪੀੜ੍ਹੀ ਵਿੱਚ ਇਹਦਾ ਨਾਮ ਆਕਲ ਦਾਸ ਸੀ ਹਰ ਵੇਲੇ ਹਰ ਭਗਤ ਇਹਦੇ ਮੂੰਹ ਵਿੱਚ ਹੁੰਦਾ ਸੀ ਬਗਲ ਵਿੱਚ ਛੁਰੀਆਂ ਤੇ ਮੁੱਖ ਮੇ ਰਾਮ ਵਾਲੀ ਗੱਲ ਇਹਦਾ ਨਾਂ ਪੈ ਗਿਆ ਹਰ ਭਗਤ ਨਿਰੰਜਣੀਆ ਗੁਰੂ ਕੇ ਜੰਡਿਆਲੇ ਦੇ ਰਹਿਣ ਵਾਲਾ ਬੈਠਾ ਇਹਨੇ ਹੀ ਤੋਮਤ ਲਾਈ ਹੋਰ ਬਹੁਤ ਸਾਰੇ ਟੌਟ ਇਲਾਕੇ ਵਿੱਚ ਹੈਗੇ ਸੀ ਕਿਸੇ ਨੇ
ਜੁਰਤ ਨਾ ਕੀਤੀ ਵੀ ਤਾਰੂ ਸਿੰਘ ਸੰਤ ਬੰਦਾ ਹੈ, ਇਹ ਆਏ ਗਏ ਦੀ ਸੇਵਾ ਕਰਦਾ ਹੈ, ਤੇ ਜਾਫਰ ਬੇਗ ਪੱਟੀ ਵਾਲਾ ਇਹ ਹਾਕਮ ਇਹਨੇ ਇੱਕ ਗਰੀਬ ਦੀ ਧੀ ਚੁੱਕ ਲਈ, ਬਿਨਾਂ ਨਿਕਾਹ ਤੋਂ ਆਪਣੇ ਮਹਿਲਾਂ ਵਿੱਚ ਪਾ ਲਈ। ਉਹ ਬਜ਼ੁਰਗ ਵਿਚਾਰਾ ਮੁਸਲਮਾਨ ਰਹੀਮ ਬਖਸ਼ ਮਾਸ਼ੀ ਪਿੱਟ ਦਾ ਛਾਤੀ ਇਹਦੇ ਕੋਲ ਗਿਆ ਤੇ ਧੱਕੇ ਮਾਰ ਕੇ ਕੱਢਿਆ। ਓਏ ਆਖਰ ਤੇਰੀ ਇੱਕ ਚਿਹਰੀ ਵਿੱਚ ਆਇਆ, ਇੱਥੋਂ ਵੀ ਇਨਸਾਫ ਨਾ ਮਿਲਿਆ। ਜਦੋਂ ਉਹਨੂੰ ਕਿਤੇ ਇਨਸਾਫ ਨਾ ਮਿਲਿਆ, ਫਿਰ ਉਹਨਾਂ ਨੇ ਗੁਰੂ ਕੇ ਸਿੰਘਾਂ ਅੱਗੇ ਬੇਨਤੀ ਕੀਤੀ ਤੇ ਗੁਰੂ ਕੇ ਸਿੰਘਾਂ ਨੇ ਜਾਫਰ ਬੇਗ ਦਾ ਕੀਤਾ ਕਤਲ। ਉਹਦੀ ਧੀ ਛਡਾ ਕੇ ਗਰੀਬ ਦੇ ਹਵਾਲੇ ਕੀਤੀ ਆ। ਇਹਨੂੰ ਅਸੀਂ ਪਰਉਪਕਾਰ ਤੇ ਧਰਮ ਸਮਝਦੇ ਹਾਂ, ਇਹ ਸਾਡੇ ਗੁਰੂ ਦਾ ਸਿਧਾਂਤ ਹੈ, ਤੇ ਤੂੰ ਇਹਨੂੰ ਪਾਪ ਤੇ ਜ਼ੁਲਮ ਸਮਝਦਾ। ਤੇਰੇ ਝੂਠੇ ਗਵਾਹਾਂ ਦੀ ਲੋੜ ਨਹੀਂ, ਲੋੜ ਤਾਂ ਪਵੇ ਜੇ ਤਾਰੂ ਸਿੰਘ ਨੂੰ ਝੂਠ ਬੋਲਣਾ ਆਉਂਦਾ ਹੋਵੇ। ਜ਼ਕਰੀਆ ਖਾਨ ਕਹਿੰਦਾ ਫੇਰ ਦਾ ਮਤਲਬ ਜਦੋਂ ਤੂੰ ਇਹ ਗੱਲ ਦਾ ਇਕਬਾਲ ਹੀ ਕਰ ਲਿਆ ਵੀ ਜਾਫਰ ਬੇਗ ਤੂੰ ਮਾਰਿਆ, ਤੇਰੇ ਬਚ ਕੇ ਨਿਕਲਣ ਦਾ ਕੋਈ ਰਾਹ ਨਹੀਂ ਰਹਿ ਗਿਆ। ਫਿਰ ਇੱਕ ਇਸਲਾਮ ਦੇ ਰਹਿਮ ਦਾ ਦਰਵਾਜ਼ਾ ਖੁੱਲ੍ਹਾ ਆ, ਉਹ ਹੈ ਜੇ ਤੂੰ ਦੀਨ ਪ੍ਰਵਾਨ ਕਰ ਲੈ, ਮੁਸਲਮਾਨ ਬਣ ਜਾਏ। ਸਾਰੇ ਦੁਨੀਆਂ ਦੇ ਸੁੱਖ ਹਾਜ਼ਰ ਕਰ ਦਿਆਂਗਾ, ਸੂਬੇਦਾਰੀਆਂ ਦੇ ਦਿਆਂਗਾ। ਉਹਨੇ ਆਖਿਆ ਸੂਬੇਦਾਰਾ, ਜੇ ਮੈਂ ਇਸਲਾਮ ਮੰਨ ਲਵਾਂ ਕੀ ਮੌਤ ਨਹੀਂ ਆਵੇਗੀ? ਮੁਸਲਮਾਨਾਂ ਨੂੰ ਮੌਤ ਨਹੀਂ ਆਉਂਦੀ? ਉਹਨੇ ਆਖਿਆ ਆਊਗੀ ਜ਼ਰੂਰ, ਪਰ ਜ਼ਿੰਦਗੀ ਦੇ ਸੁੱਖ ਪ੍ਰਾਪਤ ਕਰ ਲਵੇਗਾ। ਸਰਦਾਰ ਤਾਰੂ ਸਿੰਘ ਨੇ ਆਖਿਆ ਕੋਈ ਅੱਗੇ ਵੀ ਸਿੰਘ ਸਿੱਖੀ ਤੋਂ ਡੋਲਿਆ, ਕਿਸੇ ਇਸਲਾਮ ਪ੍ਰਵਾਨ ਕੀਤਾ? ਤੂੰ ਆਪਣਾ ਜ਼ੋਰ ਲਾ ਕੇ ਵੇਖ ਲਿਆ ਈ, ਤੇ ਤਾਰੂ ਸਿੰਘ ਕਲਗੀਆਂ ਵਾਲੇ ਪਾਤਸ਼ਾਹ ਦੀ ਸਿੱਖੀ ਨੂੰ ਕਿਵੇਂ ਦਾਗਦਾਰ ਕਰ ਦੇਵੇਗਾ ਓਏ? ਇਹਨੇ ਆਖਿਆ ਫਿਰ ਮੈਂ ਚਰਖੀ ਚਾਰ ਕੇ ਰੂੰ ਵਾਂਗ ਪੈਂਦਿਆਂਗਾ। ਹੁਕਮ ਦੇ ਦਿੱਤਾ ਜਲਾਦਾਂ ਨੂੰ, ਸਰਦਾਰ ਤਾਰੂ ਸਿੰਘ ਨੂੰ ਚਰਖੜੀ ਤੇ ਚਾੜ ਦਿੱਤਾ ਜਾਵੇ। ਉਹਨਾਂ ਚਿਰ ਚਰਖੜੀ ਨੂੰ ਰੋਕਿਆ ਨਾ ਜਾਵੇ ਜਿੰਨਾ ਚਿਰ ਇਹ ਆਪਣੇ ਮੂੰਹੋਂ ਨਾ ਆਖੇ ਕਿ ਮੈਨੂੰ ਇਸਲਾਮ ਪ੍ਰਵਾਨ ਹੈ। ਸਰਦਾਰ ਤਾਰੂ ਸਿੰਘ ਨੂੰ ਪਹੀਏ ਦੇ ਨਾਲ ਬੰਨ ਦਿੱਤਾ ਹੈ, ਜਕੜ ਦਿੱਤਾ ਹੈ, ਔਰ ਸਰਦਾਰ ਤਾਰੂ ਸਿੰਘ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਹੈ ਤੇ ਜਲਾਦ ਗੇੜਾ ਦੇ ਰਹੇ ਨੇ। ਆਖਰੀ ਐਸਾ ਘੁਮਾਇਆ ਹੈ ਜਿਹੜਾ ਸਰੀਰ ਮੱਖਣਾ ਦੇ ਨਾਲ ਪਲਿਆ ਸੀ, ਤੁੰਬੇ ਉਡਾ ਤੇ ਚਰਬੀ ਤੇ ਖੂਨ ਦੇ ਸਰੀਰ ਕੜਕਾ ਦਿੱਤਾ ਹੈ। ਬੇਹੋਸ਼ ਹੋਏ ਸਿੰਘ ਸਾਹਿਬ, ਚਰਖੜੀ ਨੂੰ ਰੋਕਿਆ ਗਿਆ ਔਰ ਖੋਲੇ ਗਏ ਤੇ ਧਰਤੀ ਤੇ ਡਿੱਗੇ ਬੇਹੋਸ਼ੀ ਦੀ ਹਾਲਤ ਵਿੱਚ। ਕੁਝ ਸਮੇਂ ਤੋਂ ਬਾਅਦ ਹੋਸ਼ ਆਈ ਹੈ, ਤਾਰੂ ਸਿੰਘ ਨੇ ਆਪਣੇ ਕੇਸ ਸਵਾਰੇ ਹੈ। ਜ਼ਕਰੀਆ ਖਾਨ ਕਹਿਣ ਲੱਗਾ ਇਹਨੂੰ ਬੰਦੀ ਖਾਨੇ ਵਿੱਚ ਪਹੁੰਚਾ ਦਿੱਤਾ ਜਾਵੇ। ਅਗਲੇ ਦਿਨ ਫਿਰ ਇਸੇ ਥਾਂ ਇਹਨੂੰ ਪੇਸ਼ ਕੀਤਾ ਜਾਵੇ ਤਾਂ ਕਿ ਇਸਲਾਮ ਵਿੱਚ ਦਾਖਲ ਕੀਤਾ ਜਾਵੇਗਾ ਤਾਰੂ ਸਿੰਘ ਨੂੰ, ਜੇ ਤੇ ਇਸ ਗੱਲ ਵਿੱਚ। ਅਗਲੇ ਦਿਨ ਫਿਰ ਤਾਰੂ ਸਿੰਘ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਹੈ। ਜ਼ਕਰੀਆ ਖਾਨ ਆਇਆ ਹੈ, ਲੱਗੀ ਹੋਈ ਕਚਹਿਰੀ, ਕਹਿਣ ਲੱਗਾ ਤਾਰੂ ਸਿੰਘ ਆਇਆ ਕੋਈ ਚਰਖੀ ਦਾ ਮਜ਼ਾ, ਸਿੱਖੀ ਦਾ ਮਜ਼ਾ ਆਇਆ? ਉਹਨੇ ਆਖਿਆ ਬੜਾ। ਕਿੰਨਾ ਕੁ ਮਜ਼ਾ ਆਇਆ? ਸਰਦਾਰ ਤਾਰੂ ਸਿੰਘ ਨੇ ਆਖਿਆ ਏਦਾਂ ਨਹੀਂ ਪਤਾ ਲੱਗਣਾ। ਕਿੱਦਾਂ ਪਤਾ ਲੱਗੂ?
ਜੇ ਜਰਾ ਕਿ ਤੂੰ ਚੜ ਕੇ ਉੱਤੇ ਹੂਟਾ ਲਵੇਂ ਤੇ ਫਿਰ ਵੇਖ ਇਸ ਚਰਖੀ ਦਾ ਕੀ ਮਜ਼ਾ ਹੈ। ਅੱਗ ਬਗੂੜਾ ਹੋ ਗਿਆ ਜ਼ਕਰੀਆ ਖਾਨ, ਕਹਿੰਦਾ ਤਾਰੂ ਸਿੰਘਾ ਜਿਸ ਸਿੱਖੀ ਦਾ ਇੰਨਾ ਮਾਣ ਕਰਦਾ ਮੈਂ ਤੇਰੇ ਕੇਸ ਜੁੱਤੀ ਦੇ ਨਾਲ ਉਡਾ ਦਿਆਂਗਾ। ਸਰਦਾਰ ਤਾਰੂ ਸਿੰਘ ਨੇ ਆਖਿਆ ਜੇ ਮੇਰੇ ਗੁਰੂ ਨੂੰ ਮਨਜ਼ੂਰ ਹੋਇਆ ਮੇਰੀ ਸਿੱਖੀ ਤੇ ਨਿਭੇਗੀ ਕੇਸਾਂ ਸਵਾਸਾਂ ਨਾਲ, ਪਰ ਤੈਨੂੰ ਸਿੰਘ ਦੀ ਜੁੱਤੀ ਅੱਗੇ ਲਾ ਕੇ ਨਰਕਾਂ ਨੂੰ ਜਾਣਾ ਪਵੇਗਾ। ਆਓ ਤੱਕੀਏ ਸਰਦਾਰ ਤਾਰੂ ਸਿੰਘ ਨੂੰ ਜਿਵੇਂ ਚਰਖੜੀ ਤੇ ਚੜ ਕੇ ਝੂਟੇ ਦਿੱਤੇ ਜਾ ਰਹੇ ਨੇ ਤੇ ਸਿੰਘ ਜਕਾਰੇ ਕੀ ਆ ਰਿਹਾ, ਉਸ ਵੇਲੇ ਦੀਆਂ ਲਾਈਨਾਂ ਐਂ ਬੇਨਤੀ ਕੀਤੀ ਜਾ। ਜਦੋਂ ਜਲਾਦਾ ਬਣ ਕੇ ਤਾਰੂ ਸਿੰਘ ਲਿਆਂਦਾ ਵਾ ਮੁਕਤੀ ਦੀ ਦਾਤੀਏ, ਤਾਰੂ ਸਿੰਘ ਆਉਂਦਾ ਵਾ ਮੁਕਤੀ ਦੀ ਦਾਤੀਏ, ਤਾਰੂ ਸਿੰਘ ਆਉਂਦਾ ਸੱਚ ਸਿੱਖ ਦਾ ਨੱਚਦਾ ਖੰਡੇ ਦੀ ਤਾਰੇ ਫੂਟ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ, ਫੂਟ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ। ਜਦੋਂ ਜਲਾਦਾ ਬਣ ਕੇ ਤਾਰੂ ਸਿੰਘ ਲਿਆਂਦਾ ਵਾ ਮੁਕਤੀ ਦੀ ਦਾਤੀਏ, ਤਾਰੂ ਸਿੰਘ ਆਉਂਦਾ ਵਾ ਮੁਕਤੀ ਦੀ ਦਾਤੀਏ, ਤਾਰੂ ਸਿੰਘ ਆਉਂਦਾ ਸੱਚ ਸਿੱਖ ਦਾ ਨੱਚਦਾ ਖੰਡੇ ਦੀ ਤਾਰੇ ਫੂਟ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ, ਫੂਟ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ। ਧਰਮੀ ਪੁਤਲਾ ਅਣਖ ਦਾ ਸਿਦਕੀ ਸਿੱਖ ਸੂਰਾ ਝੱਲੇ ਤੁਸੀਂ ਇਹ ਹੱਸ ਕੇ ਬਚਨਾਂ ਦਾ ਪੂਰਾ, ਝੱਲੇ ਤੁਸੀਂ ਇਹ ਹੱਸ ਕੇ ਬਚਨਾਂ ਦਾ ਪੂਰਾ। ਅੱਖੇ ਦੰਦੇ ਜਾਪਦੇ ਫੁੱਲਾਂ ਤੋਂ ਪਿਆਰੇ ਫੂਟ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ, ਫੂਟ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ। ਨਮਕਾ ਹਰਾਮੀ ਨੌਕਰਾਂ ਦੱਬ ਦਿੱਤਾ ਗੇੜਾ, ਭਰਕਾ ਸਿੰਘ ਦਾ ਖੂਨ ਨਾਲ ਅਸਲਾਮੀ ਵੇੜਾ, ਭਰਕਾ ਸਿੰਘ ਦੇ ਖੂਨ ਨਾਲ ਅਸਲਾਮੀ ਵੇੜਾ। ਸਿੱਖ ਪਰਖ ਦੇ ਸਿੰਘ ਦਾ ਪਾਪੀ ਹਥਿਆਰੇ ਫੂਟ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ, ਫੂਟ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ। ਸੱਤ ਅੱਠ ਨੌ ਦਸ ਗਿਆਰਵਾਂ ਜਦ ਚੱਕਰ ਆਇਆ ਸੂਬੇ ਆਖਿਆ ਸਿੰਘ ਨੂੰ ਦੱਸ ਮਜ਼ਾ ਕੀ ਆਇਆ, ਸੂਬੇ ਆਖਿਆ ਸਿੰਘ ਨੂੰ ਉਹ ਦੱਸ ਮਜ਼ਾ ਕੀ ਆਇਆ। ਨਰਮ ਦਹੀ ਤੇ ਚੱਲਦਾ ਨਰਮ ਦਹੀ ਤੇ ਚੱਲਦਾ ਕਿਉਂ ਦੁੱਖੜ ਪਾਰੇ, ਫੂਟ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ, ਫੂਟ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ। ਤਾਰੂ ਸਿੰਘ ਨੇ ਆਖਿਆ
ਸੌਦਾ ਸੱਚ ਦਾ ਵਿੱਚ ਰਤਾ ਨਾ ਧੋਖਾ ਸਿੱਧਾ ਸੌਦਾ ਸੱਚ ਦਾ ਵਿੱਚ ਰਤਾ ਨਾ ਧੋਖਾ ਚੌਧਰ ਬਦਲੇ ਵਿਕੇ ਨੂੰ ਨਾ ਕੋਈ ਸਤਕਾਰੇ ਬੂਟੇ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ ਬੂਟੇ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ ਜੋਰਾਵਰ ਤੇ ਫਤਿਹ ਸਿੰਘ ਮੈਨੂੰ ਦਿਸਦੇ ਸੂਰੇ ਟੁਕੜੇ ਦੇਖਦਾ ਅਜੇ ਸਿੰਘ ਬੰਦੇ ਦੇ ਮੂਰੇ ਟੁਕੜੇ ਦਿਸਦਾ ਅਜੇ ਸਿੰਘ ਬੰਦੇ ਦੇ ਮੂਰੇ ਅੰਬਰ ਧਰਤੀ ਡੋਲ ਜੇ ਅੰਬਰ ਧਰਤੀ ਡੋਲ ਜੇ ਪਾਰ ਸਿੱਖ ਨਹਾਰੇ ਬੂਟੇ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ ਬੂਟੇ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ ਨਰਮ ਬੋਟੀਆਂ ਉੱਡਦੀਆਂ ਜੋਰੂ ਦੇ ਫੰਦੇ ਅਹਿਲ ਆਤਮਾ ਸੱਚ ਦੀ ਨਾ ਡੋਲੇ ਕੰਬੇ ਹਾਂ ਅਹਿਲ ਆਤਮਾ ਸੱਚ ਦੀ ਨਾ ਡੋਲੇ ਕੰਬੇ ਤਾਹਾਂ ਮਾਰੀਆਂ ਤੱਕ ਖੂਨ ਨਿਕਾਰੇ ਬੂਟੇ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ ਬੂਟੇ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ ਓ ਸੂਰਜ ਡਰਦਾ ਲੁੱਕ ਗਿਆ ਬੱਦਲਾਂ ਦੇ ਓਲੇ ਅੰਬਰ ਧਰਤੀ ਡੋਲ ਜਾ ਪਰ ਸਿੱਖ ਨਾ ਡੋਲੇ ਅੰਬਰ ਧਰਤੀ ਡੋਲ ਜਾ ਪਰ ਸਿੱਖ ਨਾ ਡੋਲੇ ਛੱਪੇ ਸ਼ਰਾ ਦੇ ਹੋ ਗਏ ਨਕਾਰੇ ਬੂਟੇ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ ਬੂਟੇ ਦਿੰਦੀ ਚਰਖੜੀ ਸਿੰਘ ਛੱਡੇ ਜਕਾਰੇ ਕਬੀਰ ਸਾਹਿਬ ਹੋਰਾਂ ਨੇ ਇਹ ਫਰਮਾਨ ਕੀਤਾ ਹੈ ਕਿ ਗਗਨ ਦਮਾਮਾ ਬਾਜਿਓ ਪਰੇ ਉਹ ਨਿਸ਼ਾਨੇ ਘਾਓ ਖੇਤ ਜੋ ਮਾਂਡਿਓ ਸੂਰਮਾ ਆਪ ਜੂਝਨ ਕੋ ਦਾਓ ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੇ ਹੇਤ ਪੁਰਦਾ ਪੁਰਦਾ ਕੱਟ ਮਰੈ ਕਬੂ ਨਾ ਛਾਡੇ ਖੇਤ ਉਹਨਾਂ ਨੇ ਆਖਿਆ ਵੀ ਸੂਰਮਾ ਏਦਾਂ ਦਾ ਹੋਣਾ ਚਾਹੀਦਾ ਖੇਤ ਰਣ ਚੋਂ ਪਿਛਾਂ ਪੈਰ ਨਾ ਪਰਤਾਵੇ ਔਰ ਧਰਮ ਬਦਲੇ ਅਣਖ ਬਦਲੇ ਆਨ ਬਦਲੇ ਪੁਰਜਾ ਪੁਰਜਾ ਹੋ ਕੇ ਸ਼ਹੀਦ ਹੋ ਜਾਵੇ ਉਹਦੀ ਡੈਫੀਨੇਸ਼ਨ ਦੱਸੀ ਆ ਵੀ ਸੂਰਮਾ ਏਦਾਂ ਦਾ ਹੋਣਾ ਚਾਹੀਦਾ ਪਰ ਕਲਗੀਆਂ ਵਾਲੇ ਪਾਤਸ਼ਾਹ ਦੇ ਪੁੱਤਰਾਂ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਸਿੰਘਾਂ ਨੇ ਗੁਰੂ ਕੇ ਖਾਲਸੇ ਨੇ ਉਹਦੇ ਤੇ ਚੱਲ ਕੇ ਵਿਖਾਇਆ ਆ ਪੁਰਜਾ ਪੁਰਜਾ ਕਟਾ ਕੇ ਦੱਸਿਆ ਏ ਫੀਤਾ ਫੀਤਾ ਹੋ ਕੇ ਉੱਡ ਕੇ ਦੱਸਿਆ ਏ ਉਹਨਾਂ ਸ਼ਬਦਾਂ ਨੂੰ ਪ੍ਰੈਕਟੀਕਲ ਕੀਤਾ ਹੈ ਬਾਬਾ ਜਗਰਾਜ ਸਿੰਘ ਸਾਹਿਬ ਜਿਸ ਵੇਲੇ ਘੇਰਾ ਪੈ ਗਿਆ ਔਰ ਬਾਬਾ ਜੀ ਸਿਰ ਢਿੱਲੀ ਸੀ ਕਮਜ਼ੋਰ ਸੀ ਸਰੀਰ ਪਰ ਦਿਲ ਏਡਾ ਸ਼ੇਰ ਵਰਗਾ ਜਿਗਰਾ ਨਾਲਦਿਆਂ ਨੂੰ ਆਖਿਆ ਜਾਓ ਤੁਸੀਂ ਨਿਕਲ ਜਾਓ ਮੈਂ ਇੱਥੇ ਟਾਕਰਾ ਕਰਾਂਗਾ ਵੈਰੀ ਦਾ ਜਿੰਨਾ ਚਿਰ ਮੈਂ ਜਿਉਂਦਾ ਰਹਾਂਗਾ ਬੜੀ ਵੱਡੀ ਗੱਲ ਹੈ ਜਦੋਂ
ਮਹਾਨ ਜਰਨੈਲ ਦਾ ਸ਼ਹੀਦੀ ਸਮਾਗਮ ਹੈ, ਜਿਨ੍ਹਾਂ ਵਿੱਚ ਵਿਸ਼ੇਸ਼ ਸਹਿਯੋਗ ਵੀਰ ਹਰਦੀਪ ਸਿੰਘ ਜੀ ਚੀਮਾ ਸਾਹਿਬ ਅਮਰੀਕਾ ਸਦਾ ਵਾਸਤੇ ਇਹ ਸਹਿਯੋਗ ਹੈ। ਇਹ ਇੱਕੋ ਪਰਿਵਾਰ ਹੈ, ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਜੀ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖਲੋਤੇ ਨੇ। ਉਹ ਭਾਵੇਂ ਅੱਜ ਉਹ ਅਮਰੀਕਾ ਵਿੱਚ ਨਹੀਂ ਪਹੁੰਚ ਸਕੇ, ਮਜਬੂਰੀਆਂ ਐਸੀਆਂ ਹੁੰਦੀਆਂ। ਉਹ ਕਹਿੰਦੇ ਸਿਮਰਨ ਕੌਰ ਮੇਰੀ ਭੈਣ ਆ, ਤੇ ਕੋਈ ਵੀ ਕਾਰਜ ਹੋਵੇ ਵੱਡਾ ਵਿਸ਼ੇਸ਼ ਉਹਨਾਂ ਦਾ ਸਹਿਯੋਗ ਰਹਿੰਦਾ ਹੈ। ਅੱਜ ਸਾਡੀ ਗੁਰੂ ਗੋਬਿੰਦ ਸਿੰਘ ਕਵੀਸ਼ਰ ਸਭਾ ਹੈ, 12 ਬੰਦੇ 12 ਕਵੀਸ਼ਰ ਸੋਨੇ ਦੇ ਕੈਂਠਿਆਂ ਦੇ ਨਾਲ ਸਰਦਾਰ ਹਰਦੀਪ ਸਿੰਘ ਚੀਮਾ ਸਾਹਿਬ ਮਾਰਕਾ ਨੇ ਆਪ ਇਹਨਾਂ ਨੂੰ ਸਨਮਾਨ ਦਿੱਤਾ ਇੱਕ ਬੁਲਟ ਦੇ। 12 ਸੋਨੇ ਦੇ ਕੈਂਠੇ ਹੁਣ 3 ਬੰਦੇ ਦਲਵੀਰ ਸਿੰਘ ਗਿੱਲ ਮਹਿਮੇ ਚੱਕੀ ਆ ਜੋਗੀ ਸਾਹਿਬ ਦੇ ਨਾਲ ਜਿਹੜੇ ਕੈਸਟਾਂ ਦੇ ਵਿੱਚ, ਉਹਨਾਂ ਨੂੰ ਜਰਨੈਲ ਸਿੰਘ ਗੰਡੀ ਵਿੰਡ, ਸੁਲੱਖਣ ਸਿੰਘ ਕੱਲੇਵਾਲ, ਤਿੰਨਾਂ ਨੂੰ 3 ਕੈਂਠੇ ਪਾ ਕੇ। ਵੀਰ ਹਰਦੀਪ ਸਿੰਘ ਕਹਿੰਦਾ ਸੀ ਆਏ ਆ ਦਲਵੀਰ ਸੋਹਣੀ ਵੀ ਤਿੰਨਾਂ ਨੂੰ ਹੀ ਕਰ ਦਿਓ। ਉਹਨਾਂ ਦਾ ਵਿਸ਼ੇਸ਼ ਸਹਿਯੋਗ ਹੈ ਇਸ ਪਰਿਵਾਰ ਦੇ ਨਾਲ, ਇਸੇ ਤਰ੍ਹਾਂ ਮੋਹ ਤੇ ਪਿਆਰ ਬਣਿਆ ਰਹੇ, ਮਹਾਰਾਜ ਉਹਨਾਂ ਦੀ ਚੜ੍ਹਦੀ ਕਲਾ ਰੱਖਣ। ਉਹਨਾਂ ਦੇ ਨਾਲ ਸਰਦਾਰ ਟਹਿਲ ਸਿੰਘ ਕੈਨੇਡਾ ਵਾਲੇ, ਉਹਨਾਂ ਦਾ ਵੀ ਵਿਸ਼ੇਸ਼ ਸਹਿਯੋਗ ਇਹਨਾਂ ਸਮਾਗਮਾਂ ਵਿੱਚ। ਸ਼ਹੀਦਾਂ ਦੀ ਯਾਦ ਮਨਾਉਣ ਵਾਸਤੇ, ਇਹ ਮਹਾਨ ਜੋੜ ਮੇਲੇ ਮਨਾਉਣ ਵਾਸਤੇ ਬਾਬਾ ਜੋਗਿੰਦਰ ਸਿੰਘ ਜੀ USA, ਬੜੇ ਪਿਆਰ ਵਾਲੇ ਵਿਦਵਾਨ ਸੱਜਣ, ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ। ਭਾਈ ਸਰਵਣ ਸਿੰਘ ਜੀ USA, ਵਿਸ਼ੇਸ਼ ਸਹਿਯੋਗ। ਹਰਪ੍ਰੀਤ ਸਿੰਘ ਜੀ ਭਾਜੀ ਹੋਰੀ ਕੀਰਤਨ ਕਰਕੇ ਗਏ ਨੇ, ਭਾਈ ਸਾਹਿਬ ਭਾਈ ਹਰਦੀਪ ਸਿੰਘ ਦੇ ਵੱਡੇ ਭਾਈ ਸਾਹਿਬ ਹੈ। ਅਰਦਾਸ ਕਰਦੇ ਹਾਂ ਪਰਿਵਾਰ ਵਿੱਚ ਮਹਾਰਾਜ ਸਲੂਕਤ ਪਾਕ ਦੀ ਦਾਤ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਭੇਜਿਆ ਗਿਆ ਹੈ ਗੁਰੂ ਪਾਤਸ਼ਾਹ ਚੜ੍ਹਦੀ ਕਲਾ ਕਰਨ। ਧਰਮਿੰਦਰ ਸਿੰਘ ਜੀ ਗੋਰਾ, ਉਹ ਵੀ ਬਹੁਤ ਵੱਡਾ ਸਹਿਯੋਗ ਨਾਲ ਪਿਆਰ ਕਰਦੇ ਨੇ, 200 ਰੁਪਏ ਉਹਨਾਂ ਵੱਲੋਂ ਪਿਆਰ ਭੇਜਿਆ ਗਿਆ ਹੈ ਗੁਰੂ ਪਾਤਸ਼ਾਹ ਚੜ੍ਹਦੀ ਕਲਾ ਕਰਨ। ਹੋਰ ਗੁਰੂ ਕੀ ਸੰਗਤ ਵੱਲੋਂ, ਪਰਿਵਾਰ ਵੱਲੋਂ, ਵੀ ਅਸੀਂ ਤੇ ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲੇ ਸਮਝਦੇ ਹਾਂ ਵੀ ਇਸ ਸ਼ਹੀਦੀ ਸਮਾਗਮ ਵਿੱਚ ਉਸ ਮਹਾਨ ਜਰਨੈਲ ਨੂੰ ਸਾਨੂੰ ਨਮਸਕਾਰ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। 18 ਕਿ 17 ਦੇ ਵਿੱਚ ਸ਼ਾਇਦ ਭਾਜੀ ਹੋਰਾਂ ਨੇ ਹੁਕਮ ਕੀਤਾ ਤੇ ਅਸੀਂ ਆਉਣਾ ਸੀ ਰਾਤ ਨੂੰ, ਮੇਰੇ ਮਾਤਾ ਜੀ ਚੜ੍ਹਾਈ ਕਰਕੇ। ਅਗਲੇ ਦਿਨ ਸੰਸਕਾਰ ਸੀ ਤੇ ਬਾਬਾ ਜਗਰਾਜ ਸਿੰਘ ਸਾਹਿਬ ਹੋਰਾਂ ਦਾ ਇਹ ਸ਼ਹੀਦੀ ਸਮਾਗਮ ਸੀ। ਫਿਰ ਮੈਂ ਆਖਿਆ ਵੀ ਹੁਣ ਜਾਣਾ ਵੀ ਜ਼ਰੂਰ ਹੈ, ਮੇਰਾ ਭਤੀਜਾ ਸੀ ਇੱਥੇ, ਮੈਂ ਕਿਹਾ ਤੂੰ ਤਿਆਰੀ ਕਰ, ਮੈਂ ਆ ਜਾਣਾ। ਉਦੋਂ ਘਰਦੇ ਹੋਰ ਵੀ ਲਾਗੋਂ ਸ਼ਾਗੋਂ ਵੀ ਤੁਸੀਂ ਚੱਲੇ ਜੇ, ਲੋਕਾਂ ਆਖਣਾ ਵੀ ਇਹ ਸਮਾਗਮ ਦਾ ਕਰਕੇ ਪ੍ਰੋਗਰਾਮ ਨਹੀਂ ਛੱਡਦੇ। ਮੈਂ ਕਿਹਾ ਜਿੱਥੇ ਜਾਣਾ ਵਾ ਉਹ ਸਾਡੇ ਘਰ ਦਾ ਸਮਾਗਮ ਹੈ, ਉਸ ਮਹਾਨ ਯੋਧੇ ਨੂੰ ਨਮਸਕਾਰ ਕਰਨ ਵਾਸਤੇ ਜਾਣਾ ਹੈ। ਫਿਰ ਮੈਨੂੰ ਬਾਬਾ ਅਮਰਿੰਦਰ ਸਿੰਘ ਹੋੜੀ ਬਿੱਟੂ ਬਾਹਰ ਨੇ, ਵੀਰ ਪਲਵਿੰਦਰ ਸਿੰਘ ਕੋਟਲੀ ਵਾਲੇ ਇੱਥੇ ਆਏ ਆ, ਈਸ਼ਰ ਸਿੰਘ ਹੋਰੀ ਅਮਰੀਕਾ, ਉਹਨਾਂ ਨੇ ਫੋਨ ਕਰਕੇ ਫਿਰ ਆਖਿਆ ਵੀ ਬਹੁਤ ਚੰਗਾ ਕੀਤਾ, ਫਰਜ਼ ਬਣਦਾ ਸੀ ਜਾਣਾ, ਸੰਸਕਾਰ ਜਾ ਕੇ ਕੀਤਾ ਮਾਤਾ ਜੀ ਦਾ, ਮੈਂ ਨਮਸਕਾਰ ਕਰਨ ਵਾਸਤੇ ਆਇਆ ਵੀ ਮੈਂ ਜ਼ਰੂਰੀ ਜਾਣਾ, ਮੈਨੂੰ ਹੁਕਮ ਹੋਇਆ। ਅਤੇ ਤੁਸੀਂ ਵੱਡਿਆਂ ਭਾਗਾਂ ਵਾਲੇ ਹੋ ਜਿਹੜੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜੁੜਦੇ ਹੋ,
ਆਸ਼ਿਕ ਪਹੁੰਚਣ ਮੰਜ਼ਿਲ ਉੱਤੇ ਲਹੂ ਦੀਆਂ ਨਦੀਆਂ ਤਰਕੇ। ਮਹਾਰਾਜ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਜਿਹੜਾ ਬਖਸ਼ਿਆ ਹੈ ਉਹਦਾ ਇਹ ਭਾਵ ਨਹੀਂ ਕਿ ਬੰਦਾ ਮਰੂਗਾ ਨਹੀਂ, ਇਹ ਮੌਤ ਨਹੀਂ ਆਉਣੀ। ਉਹਦਾ ਮਤਲਬ ਇਹ ਆ ਕਿ ਮੁੜ ਕੇ ਜੰਮਣ ਮਰਨ ਵਿੱਚ ਨਹੀਂ ਆਉਣਾ, ਸਦਾ ਵਾਸਤੇ ਅਮਰ ਹੋ ਜਾਣਾ ਹੈ। ਆਸ਼ਿਕ ਪਹੁੰਚਣ ਮੰਜ਼ਿਲ ਉੱਤੇ ਲਹੂ ਦੀਆਂ ਨਦੀਆਂ ਤਰਕੇ। ਬਾਬਾ ਜਗਰਾਜ ਸਿੰਘ ਸਾਹਿਬ ਛੋਟੀ ਉਮਰ ਵਿੱਚ ਮਹਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਭੈਣਾਂ ਦੇ ਇਕਲੌਤੇ ਵੀਰ, ਮਾਤਾ ਜੀ ਦਾ ਇਕਲੌਤਾ ਪੁੱਤਰ, ਪਰ ਯੋਧੇ ਨੇ ਪਰਵਾਹ ਨਹੀਂ ਕੀਤੀ। ਸ਼ਹੀਦੀ ਭਾਗਾਂ ਤੋਂ ਬਿਨਾਂ ਨਹੀਂ ਮਿਲਦੀ। ਉਹੀ ਫੁੱਲ ਜਹਾਨ ਤੇ ਖਿੜੇ ਰਹਿੰਦੇ ਜਿਹੜੇ ਕੰਡਿਆਂ ਨਾਲ ਗੁਜ਼ਾਰਦੇ ਨੇ, ਉਹ ਨੀ ਕੱਚਿਆਂ ਦੀ ਪਰਵਾਹ ਕਰਦੇ, ਕੰਡੇ ਵੇਖ ਲੈਂਦੇ ਜਿਹੜੇ ਪਾਰਦੇ ਨੇ ਉਹਨਾਂ ਉੱਤੋਂ। ਕਿਸੇ ਕੌਮ ਦੀ ਛਕਤੀ ਜੇ ਵੇਖਣੀ ਹੈ ਕਦੇ ਗਿਣੋ ਨਾ ਉਹਦੇ ਮਰੀਦ ਕਿੰਨੇ, ਉਹ ਬੰਦੇ ਗਿਣੋ ਨਾ ਸਗੋਂ ਇਹ ਕਰੋ ਗਿਣਤੀ ਉਸ ਕੌਮ ਵਿੱਚ ਹੋਏ ਸ਼ਹੀਦ ਕਿੰਨੇ, ਉਹ ਗਿਣ ਕੇ ਵੇਖੋ। ਪੰਜ
ਸ਼ਿੰਗਾਰ ਸ਼ਿੰਗਾਰ ਕੇ ਦੇਸ਼ ਦੀ ਬਦਲੇ ਦੇਸ਼ ਦੀ ਖਾਤਰ ਸ਼ਹੀਦ ਹੋਣ ਵਾਸਤੇ ਤੁਰਦੀ ਉਹ ਪੰਜਾਬ ਦੀ ਮਾਂ ਆ। ਧੰਤਾ ਯੋਗ ਨੇ ਮਾਤਾ ਤੇ ਪਿਤਾ ਜਿਨ੍ਹਾਂ ਨੇ ਐਸੇ ਸੂਰਮੇ ਨੂੰ ਜਨਮ ਦਿੱਤਾ ਹੈ, ਐਸੇ ਮਹਾਨ ਸ਼ਹੀਦ ਨੂੰ ਜਨਮ ਦਿੱਤਾ ਹੈ। ਸਰਦਾਰ ਕੁਲਦੀਪ ਸਿੰਘ ਜੀ ਬੱਬਰ ਭਾਮ ਵਾਲੇ ਉਹ ਮਹਾਨ ਜਰਨੈਲ ਦੇ ਨਾਂ ਤੇ 500 ਰੁਪਏ ਭਾਜੀ ਹੋਰੀ ਭੇਜ ਕੇ ਗਏ ਗੁਰੂ ਪਾਤਸ਼ਾਹ ਚੜ੍ਹਦੀ ਕਲਾ। ਭਾਜੀ ਹਰਪ੍ਰੀਤ ਸਿੰਘ ਜੀ ਚੀਮਾ ਸਾਹਿਬ ਉਹਨਾਂ ਵੱਲੋਂ 500 ਰੁਪਏ ਪਿਆਰ ਆਪਣੇ ਜਥੇ ਨੂੰ ਆਇਆ ਹੈ ਗੁਰਦੇਵ ਪਾਤਸ਼ਾਹ ਚੜ੍ਹਦੀ ਕਲਾ ਰੱਖਣ। ਵਿਦੇਸ਼ਾਂ ਵਿੱਚ ਬੱਚੇ ਨੇ, ਗੁਰੂ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਣ। ਆਓ ਇਸ ਪ੍ਰਸੰਗ ਦੀ ਰਹਿੰਦੀ ਕਵਿਤਾ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਯਤਨ ਕਰਾਂਗੇ। ਸਰਦਾਰ ਤਾਰੂ ਸਿੰਘ ਨੂੰ ਅਗਲੇ ਦਿਨ ਕਚਹਿਰੀ ਵਿੱਚ ਪੇਸ਼ ਕੀਤਾ ਹੈ ਇੱਕ ਨਵਾਂ ਵਿਦਵਾਨ, ਬਹੁਤ ਵੱਡੀ ਉਹਨੇ ਖੋਜ। ਸਵਰਨ ਸਿੰਘ ਜੀ ਚੂਸਲੇਵੜ ਚਲ ਗਏ ਨੇ ਸੰਸਾਰ ਤੋਂ, ਉਹਨਾਂ ਨੇ ਇੱਕ ਪੁਸਤਕ ਲਿਖੀ, ਉਹਦੇ ਵਿੱਚ ਕਹਿੰਦੇ ਅਗਲੇ ਦਿਨ ਫਿਰ ਪੇਸ਼ ਕੀਤਾ ਹੈ। ਬੇਹੋਸ਼ ਹੋਏ ਨੂੰ ਬੰਦੀ ਖਾਨੇ ਵਿੱਚ ਭੇਜ ਦਿੱਤਾ ਸੀ ਤੇ ਜਗਰੀਆ ਖਾਨ ਕਹਿੰਦਾ ਸੀ ਕੱਲ ਹੋਸ਼ ਆਉਣ ਤੇ ਇੱਥੇ ਪੇਸ਼ ਕਰਨਾ। ਲੋਕ ਹੈਰਾਨ ਸੀ, ਇਹ ਤੇ ਸ਼ਹੀਦੀ ਪ੍ਰਾਪਤ ਹੋਣ ਨੂੰ ਫਿਰਦੀ ਹੈ, ਇਹ ਅਜੇ ਕੱਲ ਤੱਕ ਜਿਉਂਦਾ ਰਹੇਗਾ? ਕੌਣ ਜਾਣਦਾ ਸੀ, ਅਜੇ ਕਰੜੀ ਪ੍ਰੀਖਿਆ ਬਾਕੀ ਸੀ। ਸਾਡੇ ਸੂਰਮਿਆਂ ਦੀ ਪ੍ਰੀਖਿਆ ਵੀ ਹੋਈ ਆ ਬੜੀ ਵੱਡੀ, ਨਾਂ ਖਿੱਚੇ ਗਏ ਆ, ਅੱਖਾਂ ਕੱਢੀਆਂ ਗਈਆਂ ਹੈ, ਮਾਸ ਜ਼ਮੂਰਾਂ ਦੇ ਨਾਲ ਨੋਚਿਆ ਗਿਆ ਹੈ, ਮਿਰਚਾਂ ਪਾਈਆਂ ਗਈਆਂ ਹੈ। ਐਸੇ ਤਸੀਏ ਅੰਨੇ ਹੋਏ ਸੀ ਦੁਸ਼ਟ ਹਾਕਮ ਲਾਲਚਾਂ ਦੀ ਖਾਤਰ। ਸਰਦਾਰ ਤਾਰੂ ਸਿੰਘ ਨੂੰ ਹੋਸ਼ ਆਈ, ਅਗਲੇ ਦਿਨ ਪੇਸ਼ ਕੀਤਾ ਕਚਹਿਰੀ ਵਿੱਚ। ਬਹੁਤ ਸਾਰੇ ਲੋਕ ਆਏ, ਅੱਜ ਕੀ ਹੋਵੇਗਾ। ਜਗਰੀਆ ਖਾਨ ਨੇ ਆਖਿਆ ਕੋਈ ਆਇਆ ਮਜ਼ਾ, ਉਹਨੇ ਆਖਿਆ ਹਾਂ ਇਸ ਮਜ਼ੇ ਨੂੰ ਤੂੰ ਕੀ ਜਾਣੇ, ਕੋਈ ਆਸ਼ਕ ਸਾਦਕ ਹੀ ਜਾਣਦਾ ਏ, ਤੇ ਜੇ ਆਨੰਦ ਲੈਣਾ ਹੈ ਮਜ਼ਾ ਵੇਖਣਾ ਤੇ ਉੱਤੇ ਚੜ੍ਹ ਕੇ ਵੇਖ। ਅੱਗ ਲੱਗ ਉੱਠੀ ਜਗਰੀਆ ਖਾਨ ਨੂੰ, ਕਹਿੰਦਾ ਤਾਰੂ ਸਿੰਘਾ ਜਿਹੜੀ ਸਿੱਖੀ ਦਾ ਮਾਣ ਕਰਦਾ ਮੈਂ ਪੈਰਾਂ ਵਿੱਚ ਰੋਲ ਦਿਆਂਗਾ। ਸਰਦਾਰ ਤਾਰੂ ਸਿੰਘ ਨੇ ਆਖਿਆ ਮੇਰੇ ਕਲਗੀਆਂ ਵਾਲੇ ਨੂੰ ਮਨਜ਼ੂਰ ਹੋਇਆ ਤੇ ਸਿੱਖੀ ਤੇ ਨਿਭੂਗੀ ਕਿੱਸਾ ਸਵਾਸਾ ਨਾਲ, ਪਰ ਤੈਨੂੰ ਸਿੰਘ ਦੀ ਜੁੱਤੀ ਅੱਗੇ ਲੱਗ ਕੇ ਨਰਕਾਂ ਨੂੰ ਜਾਣਾ ਪਵੇਗਾ। ਬਚਨ ਇਹਨੇ ਆਖਿਆ ਲਿਆਓ ਨਾਈ ਨੂੰ ਸੱਦੋ, ਜਿਹੜੇ ਕੇਸਾਂ ਦਾ ਇੰਨਾ ਮਾਣ ਕਰਦਾ ਮੈਂ ਵੇਨਾ। ਨਾਈ ਆ ਗਿਆ, ਕੈਂਚੀ ਤਿੱਖੀ ਕਰਕੇ ਰਗੜੇ ਮਾਰੇ। ਇਤਿਹਾਸ ਕਹਿੰਦਾ ਇੱਥੋਂ ਅਸੀਂ ਗੋਲ ਹੋ ਜਾਂਦੇ, ਉਦਾਂ ਜਿਹੜੇ ਕੋਝ ਨਾ ਇਹ ਗੱਲ ਕਰਨ ਨੂੰ ਅਸੀਂ ਤਰਜੀਹ ਨਹੀਂ ਦਿੰਦੇ ਕਿਉਂਕਿ ਅੰਦਰ ਪੋਲ ਆ ਨਾ। ਅਰਦਾਸ ਕੀਤੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ, ਇਹ ਕੇਸ ਤੇਰੀ ਮੋਹਰ ਆ, ਖੋਪਰਾ ਲੱਥ ਜੇ ਪਰਵਾਹ ਨਹੀਂ, ਪਰ ਕੇਸ ਨਾ ਕੱਟੇ ਜਾਣ ਤੇ ਕਲਗੀਆਂ ਵਾਲੇ ਦੇ ਚਰਨਾਂ 'ਚ ਅਰਦਾਸ ਹੋਈ। ਸਿੰਘ ਦੀ ਕੇਸ ਕੱਟੇ ਜਾਂਦੇ? ਜ਼ੋਰ ਲਾ ਲਿਆ ਨਾਈ ਨੇ, ਉਹਨੇ ਆਖਿਆ ਇਹ ਨਹੀਂ ਜੇ ਕੱਟੇ ਜਾਂਦੇ, ਇੱਕ ਰੋਮ ਵੀ ਨਹੀਂ ਕੱਟਿਆ ਗਿਆ। ਇਹਨੇ ਆਖਿਆ ਲਿਆ ਮੋਚੀ ਨੂੰ, ਮੈਂ ਵੇਖਦਾ ਕਿਵੇਂ ਇਹ ਜਿਹੜੀ ਸਿੱਖੀ ਦੇ ਮਾਣ ਕਰਦਾ ਇਹਨੂੰ ਮੈਂ ਜੜਾਂ ਤੋਂ ਹੀ ਮੁੜ ਕੇ ਯੋਗੀ ਨਾ ਸਕਣਾ। ਮੋਚੀ ਆ ਗਿਆ ਸਿੰਘ ਸਾਹਿਬ ਨੂੰ ਹੁਣ ਖੋਪਰਾ ਲਾਉਣਾ ਹੈ ਤੇ ਰੱਸਿਆਂ ਦੇ ਨਾਲ ਬੰਨਣ ਲੱਗੇ ਕਚਹਿਰੀ ਵਿੱਚ। ਭਾਈ ਤਾਰੂ ਸਿੰਘ ਜੀ ਬੈਠੇ ਚੌਂਕੜਾ ਮਾਰ ਕੇ, ਕਹਿੰਦੇ ਇਹ ਕੀ ਕਰਨ ਲੱਗੇ ਜੇ?
ਕਹਿੰਦੇ ਤੇਰਾ ਖੋਪਰਾ ਲੱਥਣਾ ਹੈ, ਦਰਦ ਹੋਣੀ ਆ, ਤੂੰ ਹਿੱਲਣਾ ਤੇ ਮੋਚੀ ਦੇ ਕੰਮ ਵਿੱਚ ਵਿਘਨ ਪਵੇਗਾ, ਨਾਲੇ ਚਿਰ ਜ਼ਿਆਦਾ ਲੱਗੇਗਾ। ਉਹਨੇ ਆਖਿਆ ਮੈਂ ਭੇਡ ਬੱਕਰੀ ਨਹੀਂ ਕੋਈ, ਮੈਂ ਕਲਗੀਆਂ ਵਾਲੇ ਦਾ ਸਿੰਘ ਹੈ, ਬੰਨਣ ਦੀ ਕੋਈ ਲੋੜ ਨਹੀਂ, ਤੇ ਜੇ ਬੰਨ ਕੇ ਹੀ ਖੋਪਰਾ ਲਾ ਦਿੱਤਾ ਤੇ ਕੁਰਬਾਨੀ ਵੀ ਕਾਹਦੀ ਆ, ਦਰਦ ਹੋਵੇਗੀ ਤੁਹਾਨੂੰ, ਤੁਹਾਡੇ ਜਗਰੀਆ ਖਾਨ ਨੂੰ, ਤੁਸੀਂ ਮੋਚੀ ਕੋ ਰੰਬੀ ਚਲਵਾਓ ਜਿਵੇਂ ਮਰਜ਼ੀ, ਮੈਂ ਹਿੱਲਣ ਦੀ ਤੇ ਗੱਲ ਵੱਖਰੀ ਸੀ ਵੀ ਨਹੀਂ ਕਹਾਂਗਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਰਦਾਰ ਤਾਰੂ ਸਿੰਘ ਨੇ ਚੌਂਕੜਾ ਮਾਰਿਆ, ਪਿਛਲੇ ਪਾਸੇ ਲਾ ਲੈਣੇ ਹੱਥ, ਭਾਵ ਕਿ ਜਦੋਂ ਮੋਚੀ ਨੇ ਸੱਟ ਮਾਰਨੀ ਆ ਰੰਬੀ ਤੇ, ਮਗਰਲੇ ਬਣੇ ਉਹਨੂੰ ਆਸਰਾ ਮਿਲੇ ਤੇ ਉਹਦੀ ਰੰਬੀ ਜਿਹੜੀ ਆ ਅੱਗੇ ਲੰਘ ਸਕੇ। ਜਦੋਂ ਤਰਖਾਣ ਕਿੱਲ ਠੋਕਣ ਲੱਗਦਾ ਤੇ ਗਾਲੇ ਪਾਸੇ ਕੋਈ ਨਾ ਕੋਈ ਰੱਖਦਾ ਨਾ, ਉਹਨੂੰ ਟੱਗ ਕਹਿੰਦੇ, ਟੱਗਾ। ਤਾਰੂ ਸਿੰਘ ਨੇ ਦੋਵੇਂ ਹੱਥ ਪਿੱਛੇ ਲਾਰੇ ਆ, ਇਹ ਟੱਗਾ ਅਗਲੇ ਪਾਸਿਓਂ ਉਹਨੂੰ ਆਸਰਾ ਸਹਾਰਾ ਦੇਣ ਵਾਸਤੇ। ਸਤਿਕਾਰਯੋਗ ਮਹਾਂਪੁਰਖ ਬਾਬਾ ਰਘਬੀਰ ਸਿੰਘ ਸਾਹਿਬ ਜੀ, ਖਿਆਲੇ ਵਾਲੇ ਮਹਾਂਪੁਰਖ ਮਹਾਂਕਾਲ ਜੀ ਜਥੇਦਾਰ ਸਾਹਿਬ ਆਏ ਆ, ਗੁਰੂ ਦੀਆਂ ਲਾਡਲੀਆਂ ਫੌਜਾਂ ਆਈਆਂ, ਜੀ ਆਇਆਂ ਆਖਿਆ, ਜੀ ਆਇਆਂ ਆਖਿਆ ਜਾਂਦਾ, ਧੰਨਵਾਦ ਕੀਤਾ ਜਾਂਦਾ। ਆਓ ਜੀ, ਹੁਣ ਰੱਖ ਕੇ ਵਾਲਾਂ ਤੋਂ ਥੋੜ੍ਹੀ ਜਿਹੀ ਥੱਲੇ ਰੰਬੀ ਤੇ ਉੱਤੇ ਮਾਰੀ ਆ ਥੌੜੀ ਦੀ ਸੱਟ, ਰੰਬੀ ਅੰਦਰ ਧੱਸ ਗਈ ਤੇ ਲਹੂ ਬੋਟੀਆਂ ਵਹਿ ਤੁਰੀਆਂ। ਜਦੋਂ ਰੰਬੀ ਬਾਹਰ ਕੱਢੀ ਆ ਭਰੀ ਹੋਈ ਲਹੂ ਦੇ ਨਾਲ, ਫਿਰ ਇੱਕ ਪਾਸੇ ਹੋ ਕੇ ਇਹ ਨਾਲ ਨਾਲ ਕੱਟਦਾ ਕੱਟਦਾ ਰੰਬੀ ਦੇ ਨਾਲ ਕੰਨਾਂ ਤੱਕ ਲੈ ਗਿਆ ਏ ਇਸ ਜ਼ਖਮ ਨੂੰ। ਫਿਰ ਦੂਜੇ ਬਣੇ ਹੋ ਇਸੇ ਤਰ੍ਹਾਂ ਪਿਛਲੇ ਪਾਸੇ ਤੱਕ ਲੈ ਗਿਆ ਹੈ। ਹੁਣ ਚਾਰ ਤਿੰਨਾਂ ਪਾਸਿਆਂ ਤੋਂ ਖੋਪਰੀ ਲੈ ਗਈ ਆ, ਪਿਛਲਾ ਪਾਸਾ ਗਿੱਚੀ ਤੋਂ ਥੋੜਾ ਜਿਹਾ ਅੜਿਆ ਹੈ। ਇਹਨੇ ਰੰਬੀ ਦੀ ਧਾਰ ਨੂੰ ਕੀਤਾ ਸਾਫ ਲਹੂ ਤੇ ਬੋਟੀਆਂ ਪਾਸੇ ਕਰਕੇ ਥੋੜੀ ਜਿਹੀ ਹੋਰ ਤਿੱਖੀ ਕੀਤੀ ਹੈ। ਲੋਕ ਵੇਖ ਰਹੇ ਆ ਕੁਝ ਹੈਰਾਨ ਆ, ਓਏ ਕੀ ਹੋ ਰਿਹਾ। ਮਗਰਲੇ ਪਾਸੇ ਹੋ ਕੇ ਖਲੋ ਕੇ ਰੱਖ ਕੇ ਮਾਰੀ ਆ ਯੋਰ ਨਾਲ ਸੱਟ, ਇੱਕ ਹੱਥ ਵਿੱਚ ਰੰਬੀ ਆ, ਇੱਕ ਹੱਥ ਦੇ ਨਾਲ ਕੇਸਾਂ ਤੋਂ ਫੜ ਕੇ ਖੋਪਰਾ ਤਾਂ ਕਰ ਲਿਆ। ਤੇ ਫਿਰ ਜਕਰੀਆ ਖਾਨ ਵੱਲ ਤੱਕਿਆ ਕਿ ਹੁਕਮ ਦੀ ਤਮੀਲ ਵਿੱਚ ਕੋਈ ਫਰਕ ਤਾਂ ਨਹੀਂ ਰਹਿ ਗਿਆ। ਉਹਨੇ ਸਿਰ ਨਵਾ ਕੇ ਸਿਰ ਦੇ ਇਸ਼ਾਰੇ ਨਾਲ ਇਹਦਾ ਜਵਾਬ ਦਿੱਤਾ ਵੀ ਠੀਕ ਹੈ। ਹੁਣ ਹੁਕਮ ਪਾ ਕੇ ਸਰਦਾਰ ਤਾਰੂ ਸਿੰਘ ਦਾ ਖੋਪਰਾ ਜਕਰੀਆ ਖਾਨ ਕੋ ਪੁੱਛ ਕੇ ਤਾਰੂ ਸਿੰਘ ਦੇ ਅਗਲੇ ਪਾਸੇ ਨਾਲ ਹੀ ਰੱਖ ਦਿੱਤਾ ਹੈ। ਸਰਦਾਰ ਤਾਰੂ ਸਿੰਘ ਜੀ ਉਸੇ ਤਰ੍ਹਾਂ ਚੌਂਕੜਾ ਮਾਰੀ ਬੈਠੇ ਆ, ਲਹੂ ਦਾ ਤਾਲ ਲੱਗਾ ਹੋਇਆ ਹੈ, ਛੱਪੜ ਲੱਗਾ ਹੋਇਆ ਹੈ। ਤੇ ਸਰਦਾਰ ਤਾਰੂ ਸਿੰਘ ਨੇ ਇੱਕ ਵਾਰ ਭਿੱਜੀਆਂ ਖੂਨ ਦੇ ਨਾਲ ਅੱਖਾਂ ਦੇ ਜਕਰੀਆ ਖਾਨ ਵੱਲ ਤੱਕਿਆ ਹੈ, ਆਖਿਆ ਜਕਰੀਆ ਖਾਨ ਕੋਈ ਹੋਰ ਅਰਮਾਨ ਜੇ ਪੂਰਾ ਕਰਨ ਵਾਲਾ ਰਹਿ ਗਿਆ। ਸਿੰਘ ਹਾਜ਼ਰਾ, ਜਕਰੀਆ ਖਾਨ ਕੁਝ ਵੀ ਬੋਲ ਨਹੀਂ ਸਕਿਆ। ਕੁਝ ਸਮੇਂ ਤੋਂ ਬਾਅਦ ਸਰਦਾਰ ਤਾਰੂ ਸਿੰਘ ਬੇਹੋਸ਼ ਹੋ ਕੇ ਉੱਥੇ ਡਿੱਗ ਪਏ ਆ। ਇਹਨੇ ਆਖਿਆ ਬਾਹਰਲੀ ਖਾਈ ਵਿੱਚ ਸੁੱਟ ਦਿੱਤਾ ਜਾਵੇ, ਟੱਕੀਏ ਜੀ, ਸਾਰਾ ਹੀ ਸਾਕਾ ਜਿਵੇਂ ਵਾਪਰਦਾ ਕਿਵੇਂ ਜਕਰੀਆ ਖਾਨ ਹਰਮਾਂ ਵਿੱਚ ਗਿਆ ਤੇ ਇਹਨੂੰ ਬੰਨ ਪੈ ਜਾਂਦਾ ਹੈ, ਸ਼ਬੇਕ ਸਿੰਘ ਨੂੰ ਖਾਲਸੇ ਕੋ ਭੇਜਦਾ ਹੈ, ਸਾਰਾ ਹੀ ਸੀਨ ਇਸ ਕਵਿਤਾ ਵਿੱਚ ਪੇਸ਼ ਕਰਨ ਲੱਗੇ ਹਾਂ। ਗੁਰਪ੍ਰੀਤ ਸਿੰਘ ਕੋਮਲ, ਕਾਬਲ ਸਿੰਘ ਸੋਹੀ ਕੋਮਲ ਤੇ ਸੋਹੀ ਭਰਾਵਾਂ ਦੀ ਜੋੜੀ ਮਹਿਦੀਏ, ਜਕਰੀਆ ਖਾਨ ਦਾ ਅੰਤ ਜਿਵੇਂ ਆਉਂਦਾ ਹੈ ਉਸ ਵੇਲੇ ਦੀਆਂ ਲਾਈਨਾਂ ਕਵੀਸ਼ਰੀ ਦੇ ਬਾਬਾ ਬੋੜ ਯੁੱਗ ਪੁਰਸ਼ ਗਿਆਨੀ ਜੋਗਾ ਸਿੰਘ ਜੋਗੀ ਉਸਤਾਦ ਸਾਹਿਬ ਹੋਰਾਂ ਨੇ ਇਉਂ ਲਿਖੀਆਂ।
ਅੱਖਾਂ ਖੁੱਲੀਆਂ ਸਿੰਘ ਨੇ ਦਿੱਤਾ ਜਕਾਰਾ ਛੱਡ ਸੁਣ ਸੂਬਿਆ ਗੱਲ ਖਾਲਸੇ ਵੱਟ ਦੇਣਗੇ ਕੱਢ ਬੋਲਿਆ ਅੱਖਾਂ ਤਾੜ ਕੇ ਫੇਰ ਚੱਕਰੀਆਂ ਖਾਨ ਅਜੇ ਵੀ ਮਾਫੀ ਮੰਗ ਲੈ ਬਖਸ਼ ਦਿਆਂਗਾ ਜਾਨ ਸੁਰੂਤ ਕਰਦਾ ਯਾਰਿਆ ਇਨ ਕੇਸਾਂ ਦਾ ਸਦ ਲੈ ਸਮਝ ਦੇ ਵਕਤ ਪਛਾਣ ਮੋਚੀ ਨੂੰ ਸੱਦ ਕੇ ਆਖਿਆ ਕੱਟ ਦੇ ਕੇਸਾ ਸਾਰੇ ਜਗ ਦੇ ਵੇਂਦਿਆਂ ਬਦਲ ਦਿਆਂਗਾ ਪੇਸਾ ਚਰਖੀ ਦਾ ਵੀ ਚੱਖ ਲਿਆ ਆਕੜ ਕਰਕੇ ਸਵਾਦ ਹੁਣ ਜੋ ਚਾਹੁੰਦਾ ਮੰਗ ਲੈ ਪੂਰੀ ਕਰਾਂ ਮੁਰਾਦ ਯਾਦ ਰੱਖੀ ਇਹ ਗੱਲ ਵੇਖੀ ਜੋੜਾ ਸਿੰਘ ਦਾ ਕੱਢਦਾ ਤੇਰੇ ਵੱਟ ਸੂਬਿਆ ਤੈਥੋਂ ਸਿੰਘ ਦਾ ਰੋਮ ਨਹੀਂ ਹੋਣਾ ਕੱਟ ਸੜ ਕੇ ਸਾਦੇ ਖੋਪਰੀ ਜਿਸਮਾਂ ਕੀਤੀ ਅੱਡ ਪੂਰੇ ਹੋਣੇ ਸਿੰਘ ਦੇ ਬੋਲ ਦਿੱਤੇ ਜੋ ਛੱਡ ਫੇਰ ਚੱਕਰੀਆ ਖਾਂ ਹੋ ਗਿਆ ਜਿੱਚ ਸਰੀਰ ਗੇਲੇ ਵਰਗੇ ਜਿਸਮ ਨੂੰ ਪੱਚਣ ਦੁੱਖ ਕਰੀਰ ਸਫ਼ਰ ਮੁੱਕੇ ਨਾ ਜਿੰਦ ਦਾ ਮੁੱਕਦੀ ਦਿਸੇ ਨਾ ਗੱਲ ਲਿਖ ਕੇ ਭੇਜੀ ਬੇਨਤੀ ਤਾਰੂ ਸਿੰਘ ਦੇ ਵੱਲ ਗੁਰੂ ਰੂਪ ਹੈ ਖਾਲਸਾ ਕਰ ਲੋ ਅਰਜ ਕਬੂਲ ਜੋ ਮੇਰੇ ਵੱਲ ਰਹਿ ਗਿਆ ਕਰਜ਼ਾ ਕਰੋ ਵਸੂਲ ਮਤਾ ਸੋਧਿਆ ਖਾਲਸੇ ਲਿਖ ਕੇ ਹੁਕਮ ਅਖੀਰ ਜੁੱਤੀ ਨਾਲ ਬੰਨ ਟੁੱਟੇਗਾ ਕਿਉਂ ਹੋਣਾ ਦਿਲਗੀਰ ਵੇਖ ਕੇ ਜੋੜਾ ਸਿੰਘ ਦਾ ਗਸ਼ਾ ਖਾਨ ਨੂੰ ਪੈਣ ਹੋਰ ਕੋਈ ਸੁੱਜੇ ਇਲਾਜ ਨਾ ਭਾਣੇ ਮੰਨਣੇ ਪੈਣ ਘਟਿਆ ਜਦੋਂ ਕਲੇਸ਼ ਹੋਰ ਮਾਰੀਏ ਜ਼ੋਰ ਸੇ ਦਿੰਦਾ ਹੁਕਮ ਨਰੇਸਾ ਰਿਹਾ ਪਾਪੀ ਗੁਰਲਾਮ ਦਾ ਇੱਕੀ ਬਾਈ ਦਿਨ ਤੀਕ ਤਾਰੂ ਸਿੰਘ ਵੀ ਸਾਥ ਦੀ ਕਰਦਾ ਪਿਆ ਉਡੀਕ ਮਾਰੀ ਉਡਾਰੀ ਉੱਡ ਗਿਆ ਜਦੋਂ ਖਾਨ ਦਾ ਪਾਰ ਖਬਰ ਪੁੱਜੀ ਜਦ ਸਿੰਘ ਨੂੰ ਸੁਣੋ ਅਗੇ ਕਰ ਗਾਰ ਜਪਜੀ ਸਾਹਿਬ ਦਾ ਜਾਪ ਕਰ ਫਿਰ ਕੀਤੀ ਅਰਦਾਸ ਫਿਰ ਸੂਰਮਾ ਪਹੁੰਚਿਆ ਸਤਿਗੁਰੂ ਜੀ ਦੇ ਪਾਸ ਕਾਲਜ ਸਿੱਖੀ ਦੇ ਕਦੇ ਨੀ ਹੁੰਦੇ ਫੇਲ ਪਾਰਾ ਸਾਰਾ ਮਰੇ ਨਾ ਗੰਦਕ ਦੇ ਨਾ ਤੇਲ ਜੁੜ ਕੇ ਪੈਂਦਾ ਖਾਲਸਾ ਜੁੜ ਕੇ ਪੈਂਦਾ ਖਾਲਸਾ ਸਿੰਘ ਦੀ ਯਾਦ ਮਨਾਉਣ ਸੋਹੀ ਮੈਦਾ ਜੋਗਿਆ
ਸਰਦਾਰ ਤਾਰੂ ਸਿੰਘ ਦਾ ਜੋੜਾ ਜਦੋਂ ਸਿਰ ਵਿੱਚ ਵੱਜਦਾ ਤੇ ਇਹਨੂੰ ਪਿਸ਼ਾਬ ਆਉਂਦਾ। ਲੰਬਾ ਹੈ ਪ੍ਰਸੰਗ। 21 ਦਿਨ ਜੁੱਤੀਆਂ ਖਾਂਦਾ, ਆਖਰ ਨਰਕਾਂ ਨੂੰ ਚਲਾ ਗਿਆ। ਸਿੰਘ ਸਾਹਿਬ ਨੂੰ ਜਾ ਕੇ ਦੱਸਿਆ ਵੀ ਪਾਪੀ ਮਰ ਗਿਆ, ਤੇ ਸਰਦਾਰ ਤਾਰੂ ਸਿੰਘ ਕਹਿਣ ਲੱਗੇ ਫਿਰ ਅਸੀਂ ਇਹ ਉਡੀਕਦੇ ਹੀ ਸਾਂ, ਸਮਾਂ ਬਚਨ ਜਿਹੜਾ ਨਿਕਲ ਗਿਆ ਸੀ ਇਹਨੂੰ ਪੂਰਾ ਕਰਨ ਡਏ ਸਾਂ। ਪ੍ਰਸ਼ਾਦ ਮੰਗਵਾਇਆ, ਇਸ਼ਨਾਨ ਕੀਤਾ, ਦਰਬਾਰ ਸਾਹਿਬੋਂ ਜਲ ਮੰਗਾ ਕੇ ਜਪਜੀ ਸਾਹਿਬ ਦਾ ਪਾਠ ਕੀਤਾ, ਤੇ ਸਿੰਘ ਸਾਹਿਬ ਸ਼ਹੀਦੀ ਪ੍ਰਾਪਤ ਕਰ ਗਏ। ਉਸ ਮਹਾਨ ਜਰਨੈਲ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਆਏ ਹਾਂ, ਬਰਸੀ ਦੇ ਸਮਾਗਮ ਵਿੱਚ ਜੁੜੇ ਹਾਂ। ਬਾਬਾ ਜਗਰਾਜ ਸਿੰਘ ਜੀ ਤੂਫਾਨ ਸਾਹਿਬ, ਮਹਾਨ ਜਰਨੈਲ, ਮਹਾਨ ਸੂਰਬੀਰ ਯੋਧੇ, ਮਹਾਨ ਸ਼ਹੀਦ ਦੀ ਯਾਦ ਵਿੱਚ ਜੁੜੇ ਹਾਂ। ਹੈਡ ਗ੍ਰੰਥੀ ਸਾਹਿਬ ਗਿਆਨੀ ਮੋਹਕਮ ਸਿੰਘ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਸ਼੍ਰੀ ਹਰਗੋਬਿੰਦਪੁਰ ਵਾਲੇ ਹੈਡ ਗ੍ਰੰਥੀ ਦੀ ਵੱਡੀ ਜ਼ਿੰਮੇਵਾਰੀ ਸੇਵਾ ਨਿਭਾ ਰਹੇ ਨੇ, ਧੰਨਵਾਦ ਹੈ ਨਾਲ ਸਟੇਜ ਦੀ ਸੇਵਾ ਨਿਭਾ ਰਹੇ ਨੇ। ਵੀਰ ਸੁਲੱਖਣ ਸਿੰਘ ਜੀ ਰਿਆੜ ਸਾਹਿਬ ਬੜੇ ਜ਼ਿੰਮੇਵਾਰ, ਇਸ ਪਰਿਵਾਰ ਨਾਲ ਬਹੁਤ ਵੱਡਾ ਉਹਨਾਂ ਦਾ ਵੀ ਮੋਹ ਆ। ਉਹਨਾਂ ਨੇ ਹੁਕਮ ਕੀਤਾ ਹੈ, ਭਾਅ ਜੀ ਹੋਰਾਂ ਦਾ ਹੁਕਮ ਸਾਡੇ ਤੱਕ ਪਹੁੰਚਾਇਆ, ਭਾਅ ਜੀ ਇੰਦਰਜੀਤ ਸਿੰਘ ਜੀ ਖਾਲਸਾ ਸਾਹਿਬ, ਭੈਣ ਸਿਮਰਨ ਕੌਰ ਔਰ ਸਾਰੇ ਪਰਿਵਾਰ ਦਾ, ਸਤਿਕਾਰਯੋਗ ਭੈਣਾਂ ਦਾ, ਆਈ ਹੋਈ ਸੰਗਤ ਦਾ ਧੰਨਵਾਦ ਹੈ। ਲਾਈਵ ਚੱਲ ਰਿਹਾ ਵੀਰਾਂ ਵੱਲੋਂ, ਸਾਊਂਡ ਵਧੀਆ ਜੀ।